हां जी अम्मा जी ਕਿੱਥੇ ਗਏ ਹੋ ਤੁਸੀਂ ਮੈਂ ਫੋਨ ਕਰਦੀ ਫੋਨ ਵੀ ਨਹੀਂ ਚੱਕਦੇ ਮਮਾਈ ਇਹੀ ਆਏ ਆ ਖਬਰਾਂ 'ਚ ਆਉਣ ਲੱਗੇ ਆ ਕਿਹੜੀਆਂ ਖਬਰਾਂ 'ਚ ਕੀ ਹੋਇਆ ਤੁਸੀਂ ਕੀ ਕਹਿਣਾ ਠੀਕ ਹੈ ਨਾ ਪੱਠੇ ਕਹਿਣ ਪਾਣੀ ਆ ਤੇ ਬੱਸ ਉਹ ਪਾਣੀ ਕੱਢਦੇ ਆਹ ਮਮਾ ਮਾ ਮੇਰੀ ਗੱਲ ਸੁਣ ਇੱਥੇ ਲੈ ਕੇ ਸਾਡੇ ਮੋਰੇ ਮਾਈਕ ਮੂਕ ਲੈ ਕੇ ਖਬਰਾਂ ਵਾਲੇ ਖੜੇ ਹੋ ਤੁਸੀਂ ਕੀ ਸਾਡੀ ਹਰੇਕ ਤਾਂ ਬੇਇੱਜ਼ਤੀ ਕਰ ਦਿੰਦੇ ਆ ਤੁਸੀਂ ਤਰਪਾ ਨੇ ਮੂੰਹ ਚੱਕ ਕੇ ਖਰੇ ਕਿੱਦਾਂ ਦੇ ਬੰਦੇ ਹਨੇ ਕਿੱਦਾਂ ਨੇ ਨਹੀਂ ਮੂੰਹ ਉਹ ਕੁੜੀਆਂ ਮਮਾ ਚੰਗੀਆਂ ਵਿਚਾਰੀਆਂ ਇਦਾਂ ਹੀ ਨੇ ਉਹ ਮਮਾ ਚੰਗਾ ਤੈਨੂੰ ਕਾਲਦਾ ਤੇਰੀ ਗੱਲ ਸੁਣ ਲੋ ਇੱਕ ਬੰਦਿਆ ਸਾਰਾ ਹਾਂਜੀ ਕਿਤੇ ਉਹ ਹੀ ਖਾਜਲਾ ਬਾੜਾ ਧੀਏ ਹੈ ਤੇ ਚੰਦ ਨਾ ਚੜ ਗਿਆ ਜੀ ਅਮਾਈ ਨਹੀਂ ਨਹੀਂ ਅਮਾਈ ਜੀ ਟੈਨਸ਼ਨ ਨਾ ਲਾਉਣ ਫੋਨ ਕੱਟੋ ਜੀ ਖਬਰਾਂ ਮੋਰੇ ਜੀ ਖਬਰਾਂ ਚੱਲ ਜਾਈਏ ਜੀ ਸੂਰਜੀ ਚਾੜਾਂਗੇ ਤੁਹਾਨੂੰ ਪੁੱਛ ਕੇ ਤੁਹਾਡੀ ਸਹਿਮਤੀ ਨਾਲ ਮਨੀ ਦਾ ਸੂਰਜੀ ਚਾੜ ਦਵਾਂਗੇ ਤਾਂ ਨਾਲ ਛੱਪਣਾ ਖਾਣੇ ਭੁੱਖ ਦਾ ਕੁੱਤਾ ਤਾਂ ਗੱਲ ਵੀ ਨਹੀਂ ਕਰਦਾ ਮੇਰੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਦੀ ਅਸੀਂ ਵੀਡੀਓ ਪਾਉਂਦੇ ਆਂ ਤੇ ਉਹਨਾਂ ਨੂੰ ਹੁਣ ਜਿੱਦਾਂ ਬਹੁਤ ਪਰਿਵਾਰ ਸਾਨੂੰ ਮੈਨ ਲਾਉਂਦੇ ਆ ਵਧੀਆ ਪਿਆਰ ਮਿਲਦਾ ਤੇ ਹੁਣ ਮੰਮੀ ਨੂੰ ਹੌਲੀ ਹੌਲੀ ਉਹਦਾ ਪਤਾ ਲੱਗਣ ਲੱਗ ਪਿਆ ਕਿ ਵੀਡੀਓ ਬਣਦੀ ਐ ਇਹ ਬਣਾਉਂਦੇ ਐ ਇੰਸਟਾ ਤੇ ਕੋਈ ਇੰਸਟਾਗ੍ਰਾਮ ਉਹਨਾਂ ਨੂੰ ਇਹ ਵੀ ਨਹੀਂ ਪਤਾ ਇੰਸਟਾ ਕੀ ਹੁੰਦਾ ਉਹ ਕਹਿੰਦੇ ਕਿ ਪਾਉਂਦੇ ਆ ਕਿ ਇਸ ਕਰਕੇ ਮੇਰੇ ਮੁੰਡਿਆਂ ਨੂੰ ਪਿਆਰ ਕਰਦਾ ਕੋਈ ਕਿ ਮੈਨ ਲਾਉਂਦੇ ਐ ਇਸ ਕਰਕੇ ਹੁਣ ਖਬਰਾਂ ਵਾਲੇ ਕਹਿੰਦੇ ਕਿ ਕੰਮ ਕੱਲਾ ਗੋਪੀ ਕਰਦਾ ਆ ਗੋਪੀ ਕਰਦਾ ਪਤਾ ਕੀ ਕਰਦਾ ਜਦੋਂ ਬਾਪੇ ਦੇ ਗਿਆ ਸਗਾ ਉਦੋਂ ਹੋਰ ਕਹਨੇ ਕੀਤਾ ਤੂੰ ਥੱਪੜ ਨਾ ਖਾਈ ਮੈਂ ਤਾਂ ਤੂੰ ਕੱਥੇ ਮੈਨੂੰ ਨਹੀਂ ਲਾਈ ਉੱਧਰ ਜਾ ਕੇ ਬਸ ਕਰੋ ਅੰਮਾ ਚਲੋ ਠੀਕ ਹੈ ਕਰਾਤੀ ਬੇਇੱਜ਼ਤੀ ਕਿਹੜੇ ਖਬਰਾਂ ਫੇ ਮੈਂ ਸੱਚੇ ਦੱਸ ਦਿੰਦਾ ਮਾਮਾ ਇੱਥੇ ਰਹਿੰਦਾ ਸੁਣਦੇ ਨਾ ਮੈਂ ਚਪੇੜ ਮਾਂ ਨਹੀਂ ਜਾਂ ਮੇਰੇ ਭਰਾਵਾਂ ਤੇ ਗਿਆ ਨਹੀਂ ਮੈਂ ਦੱਸ ਦਿੰਦਾ ਫੇਰ ਸ਼ਾਮ ਨੂੰ ਪਾਈਆ ਮੈਂ ਹੀ ਭੜਾਉਂਦਾ ਹੁੰਦਾ ਸੀ ਉਹਨੂੰ ਤੂੰ ਜੁੱਤੀਆਂ ਹਟੋ ਘਰ ਆ ਕੇ ਹਾਲ ਦੇਖੀ ਮੈਂ ਕੀ ਕੀਤਾ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਦੀ ਇੱਥੇ ਮੰਮਾ ਜੀ ਮੰਮਾ ਜੀ ਮੇਰੀ ਬੇਇੱਜ਼ਤੀ ਨਾ ਕਰਵਾ ਮੰਮਾ ਜੀ ਮੰਮਾ ਜੀ ਮਮਾਈ ਇਹ ਕੁੱਤੇ ਦਾ ਹੱਟਿਆ ਮਮਾਈ ਗੋਪੀ ਬੋਲਦਾ ਹਾਂ ਹਾਂ ਹੁਣਦਾ ਹੀ ਹੈ ਮੈਨੂੰ ਆਪਣੇ ਜੰਮਿਆਂ ਦਾ ਨਹੀਂ ਪਤਾ ਆਰਾਮ ਦਿਓ ਨਹੀਂ ਮੇਰੀ ਗੱਲ ਸੁਣੋ ਕੰਮ ਫੇਰ ਕੌਣ ਕਰਦਾ ਹੁੰਦਾ ਸੀ ਕੰਮ ਸੱਚ ਕੌਣ ਕੌਣ ਕਰਦਾ ਗੋਪੀ ਬਾਪੂ ਸਾਡੇ ਲਈ ਹਰੇਕ ਜਗ੍ਹਾ ਖੜਾ ਹਰੇਕ ਤਰ੍ਹਾਂ ਹਰੇਕ ਚੀਜ਼ ਤਰ੍ਹਾਂ ਜਿਉਂ ਉਹਨੂੰ ਅਸੀਂ ਕਹਿ ਦਈਏ ਕਿ ਬਾਪੂ ਅੱਜ ਇਦਾਂ ਹੋ ਗਈ ਉਹਨੇ ਕਹਣਾ ਆਇਆ ਟੈਨਸ਼ਨ ਕਰਨ ਲੈਣ ਆ ਗਿਆ ਫਿਕਰ ਕਰਾਦੀ ਆ ਨਾ ਕੋਈ ਚੱਕਰ ਜਾਨੀ ਇੰਨਾ ਆਇਆ ਉਹਨੇ ਇੱਕ ਗੱਲ ਕਿਹਾ ਆ ਤੁਸੀਂ ਆਪਣੇ ਐ ਇੰਜੋਏ ਕਰੋ ਸ਼ੌਂਕ ਪੂਰੇ ਕਰੋ ਪਰ ਨਸ਼ੇ ਪੱਤੇ ਵਾਲ ਨੂੰ ਨਹੀਂ ਜਾਣਾ ਫੇਮ ਹੈ ਤੁਹਾਡੇ ਮਗਰ ਹੈ ਨਹੀਂਗਾ ਜੇ ਤੁਸੀਂ ਨਸ਼ੇ ਪੱਤੇ ਇਹ ਹੀ ਸਾਡੀ ਮਾਂ ਕਹਿੰਦੀ ਆ ਸ਼ੌਂਕ ਪੂਰੇ ਜਿੰਨੇ ਮਰਜ਼ੀ ਕਰ ਲੋ ਆਪਣਾ ਕੰਮ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਆਪਣਾ ਕੰਮ ਕਰਕੇ ਹੈ ਨਾ ਤੇ ਮੈਂ ਕਹਾਂ ਚਲੋ ਠੀਕ ਉਹਨਾਂ ਦੀ ਗੱਲ ਅੱਜ ਵੀ ਲੜ ਬੰਨੇ ਆ ਕੂੜੀ ਗਾੜੀ ਦਾ ਚੱਕਰ ਨਾ ਹੋਵੇ ਤੇ ਨਸ਼ੇ ਪੱਤੇ ਤੋਂ ਦੂਰ ਰਹਿਣਾ ਪਰ ਇਹ ਦੋ ਚੀਜ਼ਾਂ ਬਾਕੀ ਤੁਸੀਂ ਆਪਣਾ ਇੰਜੋਏ ਪੂਰਾ ਕਰੋ ਕੰਮ ਕਰੋ ਕੰਮ ਕਰਦੇ ਵੀ ਆ ਮੈਂ ਦੇਖਿਆ ਕਿ ਜਿਹੜੇ ਤੁਹਾਡੇ ਵੀਡੀਓਜ਼ ਹੁੰਦੀਆਂ ਹੁੰਦੇ ਵਿੱਚ ਤੁਹਾਡੇ ਮਮਾ ਜਿਹੜਾ ਮੇਨ ਰੋਲ ਪਲੇ ਕਰਦੇ ਆ ਉਹਨਾਂ ਦੀ ਬਦੌਲਤ ਹੀ ਤੁਸੀਂ ਮੈਂ ਕਹੂੰਗੀ ਇੱਥੇ ਤੱਕ ਪਹੁੰਚੇ ਹੋ ਹੈਨਾ ਤਾਂ ਉਹ ਉਹਨਾਂ ਨੂੰ ਕਦੀ ਤੁਸੀਂ ਉਹਨਾਂ ਦਾ ਫੇਸ ਨਹੀਂ ਦੇਖਿਆ ਪਹਿਲਾਂ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹਤੇ ਪਹਿਲੀ ਗੱਲ ਦਈਆ ਕਿ ਉਹਨਾਂ ਦੀ ਵੀਡੀਓ ਕਰਕੇ ਇੱਥੇ ਤੇ ਨਹੀਂ ਪਹੁੰਚੇ ਉਹ ਸਾਨੂੰ ਲੈ ਕੇ ਹੀ ਇੱਥੇ ਤੇ ਆਏ ਆ ਜੇ ਉਹਨਾਂ ਨੇ ਸਾਨੂੰ ਜਮਾਇਆ ਤੇ ਅੱਜ ਅਸੀਂ ਇੱਥੇ ਬੈਠੇ ਆ ਠੀਕ ਹੈ ਜਿੱਦਾਂ ਕਹਿ ਦਿੰਦੇ ਆ ਹਰ ਬੰਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਚਾਹੇ ਉਹ ਭੈਣ ਹੋਵੇ ਮਾਂ ਹੋਵੇ ਜਾਹੇ ਕਾਰਾਲੀ ਹੋਵੇ ਜਾਹੇ ਆਪਣੇ ਬੈਸਟ ਫਰੈਂਡ ਕੋਈ ਕੁੜੀ ਹੋਵੇ ਯਾਨੀ ਹਰੇਕ ਪਿਛੇ ਕੁੜੀ ਦਾ ਹੱਥ ਹੁੰਦਾ ਆ ਤੇ ਉਹ ਸਾਡੀ ਸਾਡੇ ਪਿੱਛੇ ਸਾਡੀ ਮਾਂ ਦਾ ਹੀ ਹੱਥ ਆ ਪਿੱਛੇ ਕਾਹਦਾ ਸਿਰ ਤੇ ਆਤ ਮਾਂ ਦਾ ਸਾਡੇ ਤੁਸੀਂ ਆ ਕੇ ਦੇਖੋ ਤਾਂ ਅਸੀਂ 25 25 30 30 ਟਰਾਲੀਆਂ ਅਸੀਂ ਆ ਇੰਨੀ ਕਿ ਜਗ੍ਹਾ ਤੇ ਕਰ ਲਈਆਂ ਆ ਤੁਸੀਂ ਤਾਂ ਉਸਦੇ ਆ ਬੂਫਲ ਬੂਟੇ ਲਾਏ ਆ ਇਹਦੇ ਤੇ ਕੱਪ ਬਣਾ ਦਈਏ ਇੰਨੀ ਕਿ ਜਗ੍ਹਾ ਤੇ ਦੇਖ ਲਓ 25 30 ਟਰਾਲੀਆਂ ਮੂੰਹ ਨਾ ਕਹਿਣਾ 7 ਕੁਵਾਂਟ ਲੈੱਕ ਜੀ ਹੁੰਦੀ ਆ ਲਾਲੋ ਹਿਸਾਬ ਕਿੱਕਰੀ ਵਜੜੀ ਆ ਕਿ ਇੰਨੀ ਜ਼ਮੀਨ ਹੈਗੀ ਸੇ ਫੋਕਰੀ ਥੋੜੀ ਜ਼ਮੀਨ ਲੈ ਹਾਦਿਆ ਲੈ ਤੂੜੀ ਦਾ ਹੀ ਨਹੀਂ ਮਜ਼ਾ ਮੈਨੂੰ ਤਾਂ ਤੂੜੀ ਦਾ ਪਤਾ ਯਾਰ ਆ ਜ਼ਮੀਨ ਹੋਰ ਹੁੰਦੀ ਤੂੜੀ ਹੋਰ ਹੁੰਦੀ ਆਹੀ ਫਰਕ ਤੁਸੀਂ ਕਿਹਾ ਨਹੀਂ ਇੱਕ ਮਿੰਟ ਤੁਸੀਂ ਕਿਹਾ ਨਹੀਂ ਤੁਸੀਂ ਕਿਹਾ ਨਹੀਂ ਕਿ ਇੰਨੀ ਕੁ ਸਿਰਫ ਅਸੀਂ ਤਾਂ ਇੰਨੀ ਕੁ ਜਗ੍ਹਾ 'ਚ ਸਿਰਫ ਤੂੜੀ ਹੋਈ ਉਹ ਕਰ ਲਈਏ ਮਤਲਬ ਤੁਹਾਡੇ ਕੋਲ ਜ਼ਮੀਨ ਬਾਤ ਦਾ ਮੇਰਾ ਕਹਿੰਦੇ ਨਹੀਂ ਦੇਢ ਖੱਤਾ ਆ ਯਾਨੀ ਇੰਨੀ ਕੁ ਉਹ ਹੈਲੋ ਪੰਜਾਬ 'ਨੇ ਵੀ ਤਾਂ ਕੋਈ ਰਸਤਾ ਵੀ ਨਹੀਂ ਹੈ ਨਾ ਚੱਜ ਨਾ ਦੱਸ ਚਾਰ ਕੱਤੇ ਆਉਦੇ ਕਿ ਲੈਵਲ ਇਹ ਜਿਆ ਵੀ ਸੀਗਾ ਜਿੱਥੇ ਕੋਈ ਕਹਿ ਦਵੇ ਕਿ ਲੈ ਗੋਪੀ ਦਾ 10ਵਾਂ ਫੇਲ ਆ ਜਾਂ ਮਨੀ ਤਾਂ 11ਵਾਂ ਫੇਲ ਹੈ ਤਾਂ ਉਹ ਟਾਈਮ ਤੇ ਹੁਣ ਟਾਈਮ ਦੇ ਵਿੱਚ ਕੀ ਫਰਕ ਹਾਂਜੀ ਸੀਗਾ ਕੋਈ ਸਾਨੂੰ ਐਵੇਂ ਕਹਦਾ ਹੀ ਕਿਸੇ ਨੂੰ ਚਲੋ ਮਾੜਾ ਨਹੀਂ ਚਲੋ ਠੀਕ ਹੈ ਸਾਰੇ ਆ ਜੋ ਸਾਡੇ ਚ ਕੋਈ ਚੰਗਾ ਵੀ ਐ ਨਹੀਂ ਸੀ ਹਨਾ ਕੋਈ ਕੁਆਲੀਫਿਕੇਸ਼ਨ ਐ ਨਹੀਂ ਸਾਰਿਆਂ ਨੇ ਕਹਿਣਾ ਸੀ ਦੇਖ ਕੇ ਕੀ ਹੈ ਨਹੀਂ ਉਹ ਇਹ ਕੀ ਆ ਬੱਸ ਉਹ ਚੱਲ ਗਾ ਨੂੰ ਪਰ ਅੱਜ ਜੋ ਵੀ ਅੱਜ ਸਾਰੇ ਪਿਆਰ ਕਰਦੇ ਆ ਕੋਈ ਸਾਨੂੰ ਮਾੜਾ ਨਹੀਂ ਕਹਿੰਦਾ ਕੋਈ ਕੁਝ ਨਹੀਂ ਚਲੋ ਜਿੱਦਾਂ ਵੀ ਚਲੋ ਉਹ ਸਾਡੇ ਚ ਕਮੀ ਸੀ ਉਹ ਰੱਬ ਨੇ ਅੱਜ ਪੂਰੀ ਕਰਤੀ ਚਲੋ ਕਿਸੇ ਥਰੂ ਕੀਤੀ ਵੀਡੀਓ ਥਰੂ ਕੀਤੀ ਪਰ ਸਾਡੀ ਉਹ ਕਮੀ ਰੱਬ ਨੇ ਪੂਰੀ ਕਰ ਦਿੱਤੀ ਆਪਾਂ ਚਲੋ ਕਿਸੇ ਨੂੰ ਵੀ ਗਲਤ ਨਹੀਂ ਕਹਿੰਦੇ ਆ ਨਾ ਕੌਸ਼ ਅਗਲੇ ਚ ਚੰਗੇ ਵੀ ਸੀਗੇ ਕੰਮ ਹਨਾ ਚੰਗੇ ਗੁਣ ਵੀ ਸੀਗੇ ਜੇ ਅੱਜ ਮੈਂ ਉਹਦੇ ਮਾੜੇ ਲੈ ਕੇ ਬਹਿ ਜਾਵਾਂ ਤੇ ਹਨਾ ਤੇ ਫਿਰ ਮੇਰੇ ਲਈ ਗਲਤ ਗੱਲ ਆ ਆਖਰ ਨੂੰ ਮੇਰਾ ਪਿਆਰ ਤਾਂ ਹਨਾ ਇੱਕ ਕਿਸਮ ਦਾ ਪਿਆਰ ਸੀ ਪਰ ਜੇ ਉਹ ਟਾਈਮ ਅਸੀਂ ਦੋਨੇ ਚਲੋ ਉਹਦੀ ਨਹੀਂ ਗਲਤੀ ਨਾ ਹੀ ਮੇਰੀ ਗਲਤੀ ਹੈ ਜੇ ਉਹ ਟਾਈਮ ਅਸੀਂ ਇਹ ਸੋਚਦੇ ਕਿ ਗੋਪੀ ਹਾਂ ਤੂੰ ਆਪਣੇ ਤੇ ਵਰਕ ਕਰ ਤੇ ਆ ਕਾਮਯਾਬ ਹੋ ਹੈਨਾ ਤੇ ਮੈਂ ਤੇਰੇ ਨਾਲ ਆ ਮੈਂ ਕੋਈ ਕਿਤੇ ਨਹੀਂ ਚਲੀ ਇੱਥੇ ਹੀ ਆ ਨਾ ਜਾਂ ਮੈਂ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਕਰ ਜੋ ਵੀ ਕਰਨਾ ਹੈ ਨਾ ਤੇ ਮੈਂ ਕੋਈ ਨਹੀਂ ਇੱਥੇ ਆ ਤਾਂ ਹੋ ਜਾਂਦੇ ਤੇ ਆ ਇੱਕ ਦੂਜੇ ਦੇ ਅਟੈਚਮੈਂਟ ਇੰਨੀ ਹੋ ਗਈ ਸੀ ਜਦੋਂ ਵੇ ਅਗਲੇ ਦਿਨ ਚੰਗੇ ਆਏ ਤੇ ਉਹ ਕਹਿੰਦਾ ਤੂੰ ਮੈਂ ਉਹ ਟਾਈਮ ਕਿੱਥੇ ਮੇਰੇ ਮੇਰੇ ਯਾਰ ਦੋਸਤ ਵੀ ਸੀਗੇ ਕੁਛ ਇਦਾਂ ਦੇ ਵੀ ਸੀਗੇ ਚਲੋ ਮੈਂ ਉਹਨਾਂ ਨੂੰ ਵੀ ਬੰਦਾ ਨਹੀਂ ਸਮਝਦਾ ਸੀ ਨਹੀਂ ਬਈ ਤੁਸੀਂ ਗਾਲ ਤਾਂ ਉਹ ਰਾਈਟ ਆ ਤੁਸੀਂ ਗਾਲ ਤਾਂ ਆ ਨਾ ਪਰ ਮੇਰੇ ਯਾਰ ਦੋਸਤ ਮੇਰੇ ਨਾਲ ਖੜੇ ਉਹ ਨਹੀਂ ਖੜੀ ਨਹੀਂ ਮੈਂ ਮਾੜੀ ਨਹੀਂ ਕਹਿਣਾ ਉਹਨੂੰ ਨਹੀਂ ਮਾੜੀ ਨਹੀਂ ਕਹਿਣਾ ਐਵੇਂ ਵੀ ਗੈਰਵਾ ਮਾੜੀ ਨਹੀਂ ਕਹਿਣਾ ਇਹ ਇਹ ਵੀ ਕਹਿੰਦੇ ਹੁੰਦੇ ਆ ਨਾ ਇੱਕ ਰੱਬ ਅਗੇ ਅਰਦਾਸ ਉਹਨੂੰ ਹੱਸਦੀ ਬਸਾਵੇ ਹੈਨਾ ਲੈ ਕੇ ਅਥਰੂ ਅੱਖਾਂ ਵਿੱਚ ਰੋਂਦੀ ਨਾ ਹੋਵੇ ਹੈਨਾ ਉਹੀ ਗੱਲ ਆ ਬਸ ਆ ਜੋ ਵੇ ਹਸਦੀ ਵਸੇ ਜਿੱਥੇ ਜੋ ਵੀ ਆ ਉਹ ਆਪਣੀ ਜਗ੍ਹਾ ਤੇ ਸੈੱਟ ਰਵੇ ਮੈਂ ਫੇਰ ਵੀ ਅਕਸਰ ਨੂੰ ਮੈਂ ਪਿਆਰ ਆ ਮੈਂ ਇਹੀ ਅੱਜ ਵੀ ਮੇਰੇ ਅੰਦਰੋਂ ਇਹੀ ਨਿਕਲਦਾ ਖੁਸ਼ ਰਵੇ ਪੰਜਾਬ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਵਿਸ਼ਾਲੀ ਸ਼ਰਮਾ ਅੱਜ ਸਾਡੇ ਨਾਲ ਬਹੁਤ ਹੀ ਜ਼ਿਆਦਾ ਫੇਮਸ ਇੰਸਟਾਗ੍ਰਾਮ ਸਟਾਰ ਕਹਿ ਦਵਾਂ ਸਟਾਰ ਦਾ ਕਦੀ ਕਿਹਾਇਆ ਹੀ ਨਹੀਂ ਜੀ ਸਟਾਰ ਮਨੀ ਸ਼ੋਕਰ ਤੇ ਆਪਣਾ ਬਾਈ ਗੋਪੀ ਸ਼ੋਕਰ ਮੇਰਾ ਤਾਂ ਕਦੀ ਨਾਂ ਨਿਕਲੇ ਆ ਹੀ ਨਹੀਂ ਮੂੰਹੋਂ ਗੋਪੀ ਸ਼ੋਕਰ ਗੋਪੀ ਸ਼ੋਕਰ ਹੀ 2 ਗੋਪੀ ਸ਼ੋਕਰ 2 ਗੋਪੀ ਸ਼ੋਕਰ ਨਹੀਂ ਦੀ ਦਾ ਕੀ ਮਤਲਬ ਹੁੰਦਾ ਦੀਦੀ ਤੂੰ ਮੇਰੀ ਦੀਦੀ ਜ਼ਿਆਦਾ ਦੇ ਤੂੰ ਦੀਦੀ ਆ ਮੇਰੀ ਓ ਭਰਾਵਾ ਮੈਨੂੰ ਲੱਗੇ ਕਹ ਦਿੰਦੇ ਆ ਗੋਪੀ ਦਾ ਜੈਂਡਰ ਚੇਂਜ ਲਾ ਲਾ ਮੈਂ ਭਰਾਵਾ ਮੁੰਡਾ ਆ ਮੈਨੂੰ ਗੋਪੀ ਕਹਦੇ ਹਾਂ ਮੇਰੇ ਨਾਲ ਨੇ ਗੋਪੀ ਸ਼ੋਕਰ ਜੀ ਤੇ ਮਨੀ ਸ਼ੋਕਰ ਜੀ ਹੁਣ ਤੁਹਾਨੂੰ ਪਤਾ ਲੱਗ ਪਹਿਚਾਣਦਾ ਤੁਸੀਂ ਲੈ ਆਈ ਹੋਣਾ ਆ ਕਿ ਅੱਜ ਕਿਹਨਾਂ ਦੀ ਇੰਟਰਵਿਊ ਹੈ ਹੈਨਾ ਅਸੀਂ ਮੈਂ ਇੱਕ ਚੀਜ਼ ਪਹਿਲਾਂ ਦੱਸ ਦਵਾ ਕਿ ਇਹਨਾਂ ਦਾ ਮੈਨੂੰ ਫੋਨ ਆਇਆ ਸਵੇਰੇ 7:30 ਵਜੇ 2-3 ਦਿਨ ਪਹਿਲਾਂ ਉਹ ਚੀਜ਼ ਦੱਸ ਸਕਦੇ ਆ ਹਾਂਜੀ ਹਾਂਜੀ ਜਿੱਦਾਂ ਮਰਜੀ ਸਵੇਰੇ 7:30 ਵਜੇ ਫੋਨ ਆਇਆ ਮੈਂ ਸੁੱਤੀ ਪਈ ਮੈਨੂੰ ਕੀ ਪਤਾ ਨਹੀਂ ਕਿਹਦਾ ਫੋਨ ਹੈ ਅਨਨੋ ਨੰਬਰ ਤੋਂ ਕਹਿੰਦੇ ਹਾਂਜੀ ਹਾਂਜੀ ਮੈਂ ਮਨੀਸ਼ ਸ਼ੋਕਰ ਬੋਲਦਾ ਇੰਟਰਵਿਊ ਬਾਰੇ ਗੱਲ ਹੋਈ ਸੀ ਸਾਡੀ ਮੈਂ ਕਿਹਾ ਹਾਂਜੀ ਹੋਈ ਸੀ ਤੇ ਮੈਂ ਕਿਹਾ ਮੈਂ ਤੁਹਾਨੂੰ ਰੁੱਕ ਕੇ ਕਰਦੀ ਹਾਂ ਜਦ ਮੈਂ ਥੋੜੀ ਦੇਰ ਬਾਅਦ ਕੀਤਾ 11:00 ਵਜੇ ਤਾਂ ਮੈਂ ਫੋਨ ਕੀਤਾ ਮੈਂ ਕਿਹਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਕਹਿੰਦਾ ਹਾਂਜੀ ਹਾਂਜੀ ਠੀਕ ਹੈ ਮੈਂ ਨਾਂ ਚੱਲਾਂ ਤੇ ਮੈਨੂੰ ਇੱਦਾਂ ਗੱਲਾਂ ਕਰਨ ਲੱਪੇ ਕਿ ਜਿਵੇਂ ਪਤਾ ਨਹੀਂ ਕੌਣ ਹੁੰਦਾ ਫਿਰ ਬਾਅਦ ਚ ਜਦੋਂ ਮੈਂ ਉਹਨਾਂ ਨੂੰ ਦੱਸਿਆ ਕਹਿੰਦਾ ਅੱਛਾ ਤੁਸੀਂ ਇੰਟਰਵਿਊ ਵਾਲੇ ਮੈਡਮ ਐ ਉਹ ਤਾਂ ਥੱਕੇ ਮੇਰੇ ਨਾਲ ਗੱਲਾਂ ਐਵੇਂ ਹੀ ਕਰੀ ਗਏ ਮੈਂ ਕਿਹਾ ਮਤਲਬ ਤੁਹਾਨੂੰ ਕਾਫੀ ਕੁੜੀਆਂ ਦੇ ਫੋਨ ਫੋਨ ਆਂਦੇ ਹੋਣੇ ਫੋਨ ਜਿੱਦਾਂ ਆਪਣੇ ਸਾਰੇ ਕਰਦੇ ਆਪਾਂ ਨੂੰ ਜਿਹੜੇ ਪਿਆਰ ਕਰਦੇ ਆ ਆਪਣੇ ਜਿੰਨੇ ਵੀ ਆਪਾਂ ਮੈਂ ਕਿਹਾ ਮੈਨੇ ਤੁਹਾਡਾ ਕਿਹੜਾ ਨੰਬਰ ਸੇਵ ਕੀਤਾ ਸੀਗਾ ਤੁਸੀਂ ਮੈਨੂੰ ਫੋਨ ਕੀਤਾ ਮੈਂ ਕਿਹਾ ਹਾਂਜੀ ਠੀਕ ਹੈ ਜੀ ਇਦਾਂ ਨਹੀਂ ਵੈਸੇ ਜਿਹੜੇ ਤੁਹਾਨੂੰ ਪਿਆਰ ਕਰਦੇ ਪਿਆਰ ਕਰਨ ਵਾਲੀਆਂ ਜਿਆਦਾ ਕੁੜੀਆਂ ਹੀ ਆ ਨਹੀਂ ਮੁੰਡੇ ਵੀ ਆ ਭਰਾ ਆਪਣੇ ਸਾਰੇ ਫੈਮਲੀਆ ਵੀ ਆ ਮਾਵਾ ਵੀ ਆ ਬਹੁਤ ਹਾਂਜੀ ਤੇ ਮੈਂ ਦੇਖਿਆ ਕਿ ਜਿਹੜੇ ਤੁਹਾਡੇ ਵੀਡੀਓਜ਼ ਹੁੰਦੀਆਂ ਹੁੰਦੇ ਵਿੱਚ ਤੁਹਾਡੀ ਮੰਮਾ ਜਿਹੜਾ ਮੇਨ ਰੋਲ ਪਲੇ ਕਰਦੇ ਆ ਉਹਨਾਂ ਦੀ ਬਦੌਲਤ ਹੀ ਤੁਸੀਂ ਮੈਂ ਕਹੂੰਗੀ ਇੱਥੇ ਤੱਕ ਪਹੁੰਚੇ ਹੋ ਹੈਨਾ ਤਾਂ ਉਹ ਉਹਨਾਂ ਨੂੰ ਕਦੀ ਤੁਸੀਂ ਉਹਨਾਂ ਦਾ ਫੇਸ ਨਹੀਂ ਦਿਖਾਇਆ ਪਹਿਲਾਂ ਤਾਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਪਹਿਲੀ ਗੱਲ ਇਹ ਹੈ ਕਿ ਉਹਨਾਂ ਦੀ ਵੀਡੀਓ ਕਰਕੇ ਇੱਥੇ ਤੇ ਨਹੀਂ ਪਹੁੰਚੇ ਉਹ ਸਾਨੂੰ ਲੈ ਕੇ ਹੀ ਇੱਥੇ ਤੇ ਆਏ ਆ ਜੇ ਉਹਨਾਂ ਨੇ ਸਾਨੂੰ ਜਮਾਇਆ ਤੇ ਅੱਜ ਅਸੀਂ ਇੱਥੇ ਬੈਠੇ ਆ ਠੀਕ ਹੈ ਜਿੱਦਾਂ ਕਹਿ ਦਿੰਦੇ ਆ ਹਰ ਬੰਦੇ ਪਿੱਛੇ ਕਿਸੇ ਔਰਤ ਦਾ ਹੱਥ ਹੁੰਦਾ ਚਾਹੇ ਉਹ ਭੈਣ ਹੋਵੇ ਮਾਂ ਹੋਵੇ ਚਾਹੇ ਘਰ ਵਾਲੀ ਹੋਵੇ ਚਾਹੇ ਆਪਣੇ ਬੈਸਟ ਫਰੈਂਡ ਕੋਈ ਕੁੜੀ ਹੋਵੇ ਯਾਨੀ ਹਰੇਕ ਪਿੱਛੇ ਕੁੜੀ ਦਾ ਹੱਥ ਹੁੰਦਾ ਆ ਤੇ ਉਹ ਸਾਡੀ ਸਾਡੇ ਪਿੱਛੇ ਸਾਡੀ ਮਾਂ ਦਾ ਹੀ ਹੱਥ ਪਿੱਛੇ ਕਾਹਦਾ ਸਿਰ ਤੇ ਆਤ ਮਾਂ ਦਾ ਹੈਨਾ ਮੈਂ ਇੰਨੀ ਸਿਆਣੀਆਂ ਗੱਲਾਂ ਗੋਪੀ ਦੇ ਮੂੰਹੋਂ ਤਾਂ ਜੱੱਚਦੀਆਂ ਨਹੀਂ ਹੈਗੇ ਐਨਾ ਸਿਆਣਾ ਹੈਗਾ ਗੋਪੀ ਨਹੀਂ ਮੈਂ ਅੰਦਰੋਂ ਕੁਝ ਹੋ ਰਹੀ ਹੋ ਰਹੀ ਹੈਂ ਤੇ ਚਲੋ ਹੱਸਦੇ ਮਤੈ ਆ ਹੱਸਦੇ ਵਸਦੇ ਰਹਿਣ ਸਾਰੇ ਖੁਸ਼ ਰਹਿਣ ਤੇ ਬਸ ਇਹੀ ਆ ਕਿ ਖੁਸ਼ ਰੋ ਯਾਰ ਸਾਰੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਹੁੰਦੇ ਆ ਹਰੇਕ ਦੀਆਂ ਲਾਈਫ ਚ ਕੋਈ ਨਾ ਕੋਈ ਪ੍ਰੋਬਲਮ ਆ ਆ ਪਰ ਮੈਂ ਇਹ ਕਹਿੰਦਾ ਕਿ ਖੁਸ਼ ਰੋ ਬੰਦਾ ਜਿਹਦਾ ਮਤਲਬ ਪ੍ਰੋਬਲਮਾਂ ਚੋਂ ਨਿਕਲੇ ਵੀਡੀਓ ਦੇਖੇ ਤੇ ਆਪਣੀ ਜਦਾਂ ਮਤਲਬ ਮੇਨ ਵੀਡੀਓ ਜਦਾਂ ਸਾਰੀ ਫੈਮਿਲੀ ਬਹਿ ਕੇ ਦੇਖੇ ਦੇਖ ਸਕਦੇ ਆ ਸਾਡਾ ਬਸ ਇਹੀ ਹੁੰਦਾ ਕਿ ਇੰਨਾ ਪਿਆਰ ਸਾਨੂੰ ਮਿਲੇ ਆ ਨਾ ਕਿ ਮਨ ਖੁਸ਼ ਹੋ ਜਵੇ ਅੰਦਰੋਂ ਰੂਹ ਖੁਸ਼ ਹੋ ਜਵੇ ਕਿ ਇੰਨਾ ਪਿਆਰ ਮਿਲਦਾ ਤੇ ਦੋਵਾਂ ਦੀ ਗ੍ਰੋਥ ਬਹੁਤ ਜ਼ਿਆਦਾ ਸੋਹਣੀ ਹੁੰਦੀ ਪਈ ਆ ਇੰਸਟਾਗ੍ਰam ਤੇ ਆਪਾਂ ਦੇਖੀਏ ਤਾਂ ਇੱਕ ਲੈਵਲ ਇਹੋ ਜਿਹਾ ਵੀ ਸੀਗਾ ਜਿੱਥੇ ਕੋਈ ਕਹਿ ਦੇਵੇ ਕਿ ਲੈ ਗੋਪੀ ਦਾ 10ਵਾਂ ਫੇਲ ਆ ਜਾਂ ਮਨੀ ਤਾਂ 11ਵਾਂ ਫੇਲ ਆ ਤਾ ਉਹ ਟਾਈਮ ਤੇ ਹੁਣ ਟਾਈਮ ਦੇ ਵਿੱਚ ਕੀ ਫਰਕ ਹੈ ਹਾਂਜੀ ਸਿਗਾ ਕੋਈ ਸਾਨੂੰ ਐਵੇਂ ਕਹਦਾ ਹੀ ਕਿਸੇ ਨੂੰ ਚਲੋ ਮਾੜਾ ਨਹੀਂ ਚਲੋ ਠੀਕ ਆ ਸਾਰੇ ਆ ਜੋ ਸਾਡੇ ਚ ਕੋਈ ਚੰਗਾ ਵੀ ਹੈ ਨਹੀਂ ਸੀ ਨਾ ਕੋਈ ਕੁਆਲੀਫਿਕੇਸ਼ਨ ਹੈ ਨਹੀਂ ਸਾਰਿਆਂ ਨੇ ਕਹਿਣਾ ਸੀ ਦੇਖ ਕੇ ਕੀ ਹੈ ਨਹੀਂ ਹੋਏ ਕੀ ਆ ਬਸ ਉਹ ਚਲ ਗਾ ਨੂੰ ਪਰ ਅੱਜ ਜੋ ਵੀ ਅੱਜ ਸਾਰੇ ਪਿਆਰ ਕਰਦੇ ਆ ਕੋਈ ਸਾਨੂੰ ਮਾੜਾ ਨਹੀਂ ਕਹਿੰਦਾ ਕੋਈ ਕੁਛ ਨਹੀਂ ਚਲੋ ਜਿੱਦਾਂ ਵੀ ਚਲੋ ਉਹ ਸਾਡੇ ਚ ਕਮੀ ਸੀ ਉਹ ਰੱਬ ਨੇ ਅੱਜ ਪੂਰੀ ਕਰਤੀ ਚਲੋ ਕਿਸੇ ਥਰੂ ਕੀਤੀ ਵੀਡੀਓ ਥਰੂ ਕੀਤੀ ਪਰ ਸਾਡੀ ਉਹ ਕਮੀ ਰੱਬ ਨੇ ਪੂਰੀ ਕਰ ਦਿੱਤੀ ਆ ਇਦਾਂ ਤੁਹਾਨੂੰ ਕਿਵੇਂ ਦਾ ਲੱਗਦਾ ਕਿ ਜਿਵੇਂ ਹੁਣ ਵਧੀਆ ਪੇਜ ਚੱਲਦਾ ਪਿਆ ਪਹਿਲਾਂ ਲੋਕਾਂ ਦੇ ਬਿਹੇਵੀਅਰ ਹੋਰ ਸੀ ਹੁਣ ਹੋਰ ਹੈ ਲੋਕਾਂ ਦੇ ਰੰਗ ਬਦਲੇ ਲੋਕਾਂ ਦੇ ਜਿਹੜੇ ਅੱਜ ਜਿਹੜੇ 4-5 ਯਾਰ ਆ ਉਹ ਤਾਂ ਨਾਲ ਹੀ ਆ ਤੇ ਜਿਹੜੇ ਪਹਿਲਾਂ ਛੱਡ ਗਏ ਸੀਗੇ ਅੱਜ ਉਹ ਵੀ ਫੋਨ ਕਰਦੇ ਆ ਕਿ ਮਨੀ ਭਰਾ ਕਿਦਾਂ ਠੀਕ ਐ ਤੂੰ ਮੈਂ ਆਹਾ ਬੋਲਦਾ ਮੈਂ ਜੇ ਬੋਲਦਾ ਮੈਂ ਉਹਨਾਂ ਨੂੰ ਵੀ ਬਹੁਤ ਵਧੀਆ ਬੁਲਾਉਣਾ ਕਿ ਹਾਂਜੀ ਭਾਜੀ ਬਹੁਤ ਵਧੀਆ ਤੁਸੀਂ ਦੱਸੋ ਵੀਰਾ ਜੀ ਕਿਦਾਂ ਠੀਕ ਆ ਹੋਰ ਸੇਤਾਂ ਘਰ ਪਰਵਾਰ ਵਧੀਆ ਤੇ ਇਦਾਂ ਜਿਹੜੇ ਪੰਜ ਸੱਤ ਜਿਹੜੇ ਨਾਲ ਹੈਗੇ ਉਹਦਾ ਆਲਵੇਸ ਨਾਲੇ ਰਹਿਣਾ ਹੁਣ ਵੀ ਨਾਲ ਆ ਸਾਡੇ ਹੁੰਦਾ ਹੀ ਪਿੰਡ ਜਦੋਂ ਅਸੀਂ ਜਦੋਂ ਪਹਿਲੀ ਵਾਰ ਬਾਬਾ ਬਾਲਗਨਾਰ ਦੇ ਗਏ ਸੀ ਜਦਾਂ ਮਤਲਬ ਜਾਂਦੇ ਮੇਰੇ ਭਰਾਆਂ ਨਾਲ ਤੇ ਜਾਂਦੇ ਤਾਂ ਇਹ ਹੁੰਦੇ ਸੀਗੇ ਤੇ ਉਦੋਂ ਮੈਂ ਪਹਿਲੀ ਵਾਰ ਹੀ ਗਿਆ ਸੀ ਸਾਡੀ ਤੁਸੀਂ ਯਕੀਨ ਮੰਨੋ ਪੰਜ ਛੇ ਮੋਟਰਸਾਈਕਲ ਸਾਡੀ ਬੱਕਰੀ ਲੈਣ ਸੀ ਸਾਨੂੰ ਉਹ ਖੋਜਿਆ ਸਾਨੂੰ ਸਾਡੇ ਸਾਰੇ ਨਾਲ ਦੇ ਭਰਾ ਬਾਹਰ ਚੱਲ ਗਏ ਤੇ ਅਸੀਂ ਬਹੁਤ ਮਿਸ ਕਰੀਦਾ ਉਸ ਚੀਜ਼ ਨੂੰ ਕਿ ਜਿੱਦਾਂ ਮਤਲਬ ਅੱਜ ਵੀ ਚੇਤੇ ਕਰਦੇ ਆ ਚਲੋ ਲਾਈਵ ਸੈਟ ਹੈ ਵਧੀਆ ਜਾਣਾ ਵੀ ਚਾਹੀਦਾ ਪਰ ਜੇ ਉਹ ਅੱਜ ਨਾਲ ਹੁੰਦੇ ਤਾਂ ਅਸੀਂ ਹੋਰ ਖੱਪ ਕਰਨੀ ਸੀ ਹੋਰ ਜਿਹੜੇ ਦੋਸਤ ਹੈ ਉਹ ਬਾਹਰ ਚਲੇ ਗਏ ਤੁਹਾਡੇ ਉਹਨਾਂ ਨੂੰ ਜਿਵੇਂ ਕਿ ਮਿਸ ਕਰਦੇ ਹੋ ਤੁਹਾਡਾ ਵੀ ਬਾਹਰ ਜਾਣ ਦਾ ਸੁਪਨਾ ਬਾਹਰ ਤਾਂ ਸਾਰਿਆਂ ਦਾ ਸੁਪਨਾ ਹੁੰਦਾ ਕਿ ਬਾਹਰ ਜਾਈਏ ਪਰ ਬਾਹਰ ਉਦੋਂ ਹੀ ਜਾਣਾ ਜਦੋਂ ਆਪਣੇ ਮਾਪਿਆਂ ਨੂੰ ਨਾਲ ਲਿਆਉਣ ਜੋਗੇ ਹੋਈਏ ਮੈਂ ਹਾਂ ਇਹ ਵੀ ਦੇਖਿਆ ਕੁਝ ਕੁਝ ਵਰਡ ਨਾ ਤੁਸੀਂ ਯੂਜ਼ ਕਰਦੇ ਆ ਆਪਣੀ ਵੀਡੀਓਜ਼ ਦੇ ਵਿੱਚ ਉਕੇ ਹੈਪੀ ਮਦਰਸ ਡੇ ਮम्मा ਮਦਰਸ ਡੇ ਮੈਂ ਇੰਸਟੀਚਿਊਟ ਪੜਦਾ ਹੁੰਦਾ ਸੀ ਅੱਛਾ ਅੱਛਾ ਹਾਂ ਜੀ ਤਾਂ ਕਰਕੇ ਹੈਪੀ ਮਦਰਸ ਡੇ ਹੋ ਜਾਂਦਾ ਉਹ ਵੇ ਮੇਰੀ ਜਿੱਦਾਂ ਮਤਲਬ ਹੈ ਨਾ ਸ਼ੁੱਧ ਨਹੀਂ ਹੈਗੀ ਇੰਗਲਿਸ਼ ਸ਼ੁੱਧ ਇੰਗਲਿਸ਼ ਹਾਂ ਸ਼ੁੱਧ ਦੀ ਇੰਗਲਿਸ਼ ਨਹੀਂ ਹੈਗੀ ਤੇ ਜਿੱਦਾਂ ਮਤਲਬ ਥੋੜੀ ਥੋੜੀ ਇੰਦਾ ਰੋ ਰੋ ਕੇ ਆਉਂਦੀ ਆ ਵੇ ਬਗਾਨੀ ਆ ਕਾ ਨੂੰ ਐਵੇਂ ਚਿੱਤਰ ਖਾਵਾਂਗੇ ਕਹਿੰਦੇ ਇੰਗਲਿਸ਼ ਬਗਾਨੀ ਆ ਐਵੇਂ ਚਿੱਤਰ ਖਾਵਾਂਗੇ ਉਹ ਤਾਂ ਵੈਸੇ ਗੱਲ ਤਾਂ ਸਹੀ ਹੈ ਭਾਜੀ ਇੰਗਲਿਸ਼ ਨੂੰ ਲੈ ਕੇ ਤੁਹਾਡਾ ਹੱਥ ਵੀ ਟਾਈਟ ਨੇ ਹੱਥ ਤਾਂ ਖੁੱਲੇ ਆ ਉਦਾਂ ਮੂੰਹ ਟਾਈਟ ਆ ਥੋੜਾ ਜਿਹਾ ਹਾਂਜੀ ਪੜ੍ਹਨਾ ਨਹੀਂ ਵਧੀਆ ਲੱਗਦਾ ਨਹੀਂ ਪੜ੍ਹਨਾ ਵਧੀਆ ਲੱਗਦਾ ਫੇਲ ਕਿਦਾਂ ਹੋ ਗਏ ਫੇਲ ਤਾਂ ਹੋਏ 10ਵੀਂ ਪਾਸ ਆ ਹੋਰ ਕੀ ਚਾਹੀਦਾ ਨਹੀਂ 11ਵੀਂ ਚ ਮੈਂ ਸੁਣਿਆ ਫੇਲ ਹੋ ਗਏ ਹਾਂਜੀ 11ਵੀਂ ਚ ਫੇਲ ਹੋ ਗਿਆ ਸੀਗਾ ਹਾਂ ਕਿਦਾਂ ਫਿਰ ਕਿਦਾਂ ਕੁਛ ਨਹੀਂ ਤੇ ਜਿੱਦਾਂ ਹੋਈ ਆ ਤੁਹਾਡੇ ਸਾਹਮਣੇ ਹੀ ਆ ਕਿਉਂ ਰੀਜ਼ਨ ਕਿਉਂ ਫੇਲ ਹੋਏ ਰੀਜ਼ਨ ਕੋਈ ਨਹੀਂਗਾ ਬਸ ਪੜ੍ਹੇ ਨਹੀਂ ਹੋਇਆ ਧਿਆਨ ਕਿੱਦੇ ਹੋਰ ਚੱਲ ਰਿਹਾ ਥੋੜਾ ਮਾਹੌਲ ਥੋੜਾ ਮਾਹੌਲ ਉੱਦਾਂ ਦਾ ਸਿਗਾ ਉਦੋਂ ਥੋੜਾ ਜਿਆ ਹੁੰਦਾ ਹੀ ਆ ਬੰਦਾ ਕਹਿੰਦਾ ਬਸ ਨਜ਼ਾਰੇ ਲੈ ਲਓ ਜਿਹੜੀ ਇਹ ਮੈਂ ਤੁਹਾਨੂੰ ਦੱਸਦਾ ਚਲੋ ਏ ਇਸ ਦਾ ਫਰਕ ਹੁੰਦਾ ਆ ਕਿ ਬਾ ਠੀਕ ਆ ਨਜ਼ਾਰੇ ਲਓ ਭਰਾ ਹੁਣੀ ਇਕੱਠੇ ਆ ਵਾ ਇਧਰ ਨੂੰ ਚੱਲ ਜਾ ਉਧਰ ਨੂੰ ਚੱਲ ਜਾ ਪਰ ਉਸ ਉਮਰ ਚ ਅਸੀਂ ਵੀ ਨੰਗੇ ਆ ਕੋਬ ਬੰਦੇ ਨੂੰ ਪਤਾ ਨਹੀਂ ਲੱਗਦਾ ਐਵੇਂ ਕਹਦੀ ਉਦੋਂ ਤਾਂ ਕਹਿੰਦੇ ਹੁੰਦੇ ਆ ਨਾ ਰੱਬ ਵੀ ਆ ਕੇ ਕਹਿ ਦੇ ਆ ਗੱਲ ਗਾਲ ਦੇ ਉਹ ਤਾਂ ਕਹਿੰਦਾ ਬਾਪੂ ਤੂੰ ਰੱਬ ਏ ਆ ਤੂੰ ਗਾਲ ਤੇ ਆ ਇਹ ਕੰਮ ਸਹੀ ਆ ਸਾਡੇ ਲਈ ਇਹ ਚੱਕਰੇ ਆ ਤੁਸੀਂ 10th ਦੇ ਵਿੱਚ ਕਲੀਅਰ ਨਹੀਂ ਕੀਤਾ ਆ ਰੀਜ਼ਨ ਮੈਂ ਸੁਣਿਆ ਕਿ ਗੋਪੀ ਦਾ ਦਿਲ ਟੁੱਟਿਆ ਹੋਇਆ ਚਲੋ ਦਿਲ ਦਿਲ ਤਾਂ ਛੱਡੋ ਦਿਲ ਦਾ ਕੀ ਆ ਟੁੱਟ ਦੇ ਦਿੰਦਾ ਟੁੱਟਦਾ ਰਹਿੰਦਾ ਨਹੀਂ ਦਿਲ ਤਾਂ ਮਾਈ ਦਾ ਟੁੱਟਦਾ ਹੀ ਰਹਿੰਦਾ ਨਹੀਂ ਚਲੋ ਛੱਡੋ ਅਗਲਾ ਅਗਲਾ ਸੀ ਸੀਰੀਅਸ ਹੈ ਤੂੰ ਰੋਣ ਲੱਗ ਪਿਆ ਨਾ ਨਾ ਲੈ ਦੱਸ ਲੈ ਐਵੇਂ ਮੈਂ ਰੋਣ ਲੱਪਿਆ ਮੈਨੂੰ ਲੱਗਦਾ ਇਹ ਰੋਣੇ ਦੀ ਰੋਣਾ ਮੇਰਾ ਦਿਲ ਉਹ ਕਮਜ਼ੋਰ ਹੈ ਕੀ ਕਰੀਏ ਤੋੜਿਆ ਗਏ ਨਹੀਂ ਨਹੀਂ ਰੀਜ ਲਾ ਗਈ ਸੀਗਾ ਤੇ ਮੁੜ ਕੇ ਹੋਇਆ ਹੀ ਨਹੀਂ ਪੈਰਾਂ ਤੇ ਇਹਦਾ ਕਿਉਂ ਹੁੰਦਾ ਹੈ ਹਰੇਕ ਨਾ ਮੈਂ ਮੈਂ ਤੁਹਾਨੂੰ ਦੱਸਦਾ ਮੇਨ ਵਜੇ ਕੀ ਹੈ ਮਤਲਬ ਆਪਾਂ ਚਲੋ ਕਿਸੇ ਨੂੰ ਵੀ ਗਲਤ ਨਹੀਂ ਕਹਿੰਦੇ ਆ ਨਾ ਕੋਸ਼ ਅਗਲੇ ਚ ਚੰਗੇ ਵੀ ਸੀਗੇ ਕੰਮ ਹਨਾ ਚੰਗੇ ਗੁਣ ਵੀ ਸੀਗੇ ਜੇ ਅੱਜ ਮੈਂ ਉਹਦੇ ਮਾੜੇ ਲੈ ਕੇ ਬਹਿ ਜਾਵਾਂ ਤੇ ਹਨਾ ਤੇ ਫਿਰ ਮੇਰੇ ਲਈ ਗਲਤ ਗੱਲ ਆਖਰ ਨੂੰ ਮੇਰਾ ਪਿਆਰਤਾ ਹਨਾ ਇੱਕ ਕਿਸਮ ਦਾ ਪਿਆਰ ਸੀ ਤੇ ਪਰ ਜੇ ਉਹ ਟਾਈਮ ਅਸੀਂ ਦੋਨੇ ਚਲੋ ਉਹਦੀ ਨਹੀਂ ਗਲਤੀ ਨਾ ਹੀ ਮੇਰੀ ਗਲਤੀ ਹੈ ਜੇ ਉਹ ਟਾਈਮ ਅਸੀਂ ਇਹ ਸੋਚਦੇ ਕਿ ਗੋਪੀ ਹਾਂ ਤੂੰ ਆਪਣੇ ਤੇ ਵਰਕ ਕਰ ਤੇ ਆ ਕਾਮਯਾਬ ਹੋ ਹਨਾ ਤੇ ਮੈਂ ਤੇਰੇ ਨਾਲ ਮੈਂ ਕੋਈ ਕਿਤੇ ਨਹੀਂ ਚਲੀ ਇੱਥੇ ਹੀ ਆ ਹਨਾ ਜਾਂ ਮੈਂ ਉਹਨੂੰ ਕਹਿੰਦਾ ਕੋਈ ਗੱਲ ਨਹੀਂ ਤੂੰ ਘਰ ਜੋ ਵੀ ਕਰਨਾ ਹਨਾ ਤੇ ਮੈਂ ਕੋਈ ਨਹੀਂ ਇੱਥੇ ਆ ਤਾਂ ਹੋ ਜਾਂਦੇ ਤੇ ਆ ਇੱਕ ਦੂਜੇ ਦੇ ਅਟੈਚਮੈਂਟ ਇੰਨੀ ਹੋ ਗਈ ਸੀ ਜਦੋਂ ਫੇ ਅਗਲੇ ਦਿਨ ਚੰਗੇ ਆਏ ਤੇ ਉਹ ਕਹਿੰਦਾ ਤੂੰ ਗੋਣਾ ਹੈ ਨਾ ਮੈਂ ਤਾਂ ਇਹੀ ਸਾਰਿਆਂ ਨੂੰ ਕਹਿਣਾ ਹੁੰਦਾ ਕਿ ਜਦੋਂ ਇਹ ਮੰਨ ਲਾ ਆਪਾਂ ਦੋ ਪਰਸਨ ਆ ਚਾਹੇ ਆਪਣਾ ਆ ਭਰਾ ਆ ਭੈਣ ਆ ਯਾਰ ਦੋਸਤ ਆ ਆਪਣਾ ਬੈਸਟ ਫਰੈਂਡ ਆ ਚਲੋ ਆਪਣੀ ਗਰਲਫ੍ਰੈਂਡ ਆ ਕੁਝ ਵੀ ਆ ਤੇ ਤੁਸੀਂ ਜੇ ਇਕੱਠੇ ਤੁਰਿਆ ਤੇ ਇਕੱਠੇ ਹੀ ਤੁਰੋ ਜੇ ਅੱਜ ਇੱਕ ਦੇ ਦਿਨ ਚੰਗੇ ਆ ਗਏ ਤੇ ਦੂਜੇ ਨੂੰ ਪਿੱਛੇ ਨਾ ਛੱਡੋ ਉਹਨੂੰ ਵੀ ਚਾਹੇ ਤੁਸੀਂ ਉਹਦੇ ਲਈ 10 ਮਿੰਟ ਕੱਢ ਕੇ ਵੀ ਗੱਲ ਉਹਦੇ ਨਾਲ ਉਹਨੂੰ ਸਮਝਾਓ ਕਿ ਗੋਪੀ ਕੋਈ ਚੱਕਰ ਨਹੀਂ ਚਲੋ ਮੈਂ ਆਪਣਾ ਨਾਂ ਜ਼ਰੂਰ ਲੈਣਾ ਕੋਈ ਚੱਕਰ ਨਹੀਂ ਅੱਜ ਅੱਜ ਵੀ ਆਪਾਂ ਉਦਾਂ ਦੇ ਆ ਤੂੰ ਫਿਕਰ ਨਾ ਕਰ ਆਪਾਂ ਜੇ ਮੈਂ ਅੱਗੇ ਆ ਤਾਂ ਤੂੰ ਵੀ ਮੇਰੇ ਨਾਲ ਹੀ ਆ ਤੂੰ ਵੀ ਮੇਰੇ ਨਾਲੇ ਪਰ ਅੱਜ ਦੇ ਸਮੇਂ ਦੇ ਵਿੱਚ ਇਦਾਂ ਨਹੀਂ ਹੈਗਾ ਜੇ ਮੰਨ ਲਓ ਜਗੇ ਦੇ ਦਿਨ ਚੰਗੇ ਆ ਜਾਂਦੇ ਦੋਏ ਬੰਦੇ ਨੂੰ ਤਾਂ ਉਹ ਕਹਿੰਦਾ ਤੂੰ ਕੌਣ ਆ ਮੈਂ ਤੈਨੂੰ ਜਾਣਦੀ ਨਹੀਂ ਫਿਰ ਉੱਥੋਂ ਥੋੜਾ ਜਿਹਾ ਬੰਦਾ ਸੋਚਦਾ ਯਾਰ ਮੈਂ ਉਹ ਟਾਈਮ ਕਿਹੜੀਆਂ ਗੱਲਾਂ ਸੀਗੀਆਂ ਜਦੋਂ ਦਿਨ ਰਾਤ ਗੱਲਾਂ ਹੀ ਨਹੀਂ ਸੀ ਮੁੱਕਦੀਆਂ ਹੁੰਦੀਆਂ ਅੱਜ ਉਹਨਾਂ ਕੋਲ ਗੱਲ ਕਰਨ ਲਈ 10 ਮਿੰਟ ਵੀ ਨਹੀਂ ਹੈਗੇ ਫੇਰ ਬੰਦਾ ਦੁਖਦਾ ਮਨ ਦੁਖਦਾ ਯਾਰ ਕੀ ਯਾਰ ਮੈਂ ਉਹ ਟਾਈਮ ਕਿੱਥੇ ਮੇਰੇ ਮੇਰੇ ਯਾਰ ਦੋਸਤ ਵੀ ਸੀਗੇ ਕੁਛ ਇਦਾਂ ਦੇ ਵੀ ਸੀਗੇ ਚਲੋ ਮੈਂ ਉਹਨਾਂ ਨੂੰ ਵੀ ਬੰਦਾ ਨਹੀਂ ਸਮਝਦਾ ਸੀ ਨਹੀਂ ਬਈ ਤੁਸੀਂ ਗਾਲ ਤਾਂ ਉਹ ਰਾਈਟ ਆ ਤੁਸੀਂ ਗਾਲ ਤਾਂ ਹਨਾ ਪਰ ਮੇਰੇ ਯਾਰ ਦੋਸਤ ਮੇਰੇ ਨਾਲ ਖੜੇ ਉਹ ਨਹੀਂ ਖੜੀ ਨਹੀਂ ਮੈਂ ਮਾੜੀ ਨਹੀਂ ਕਹਿਣਾ ਉਹਨੂੰ ਨਹੀਂ ਮਾੜੀ ਨਹੀਂ ਕਹਿਣਾ ਐਵੇਂ ਗੈਦਵਾ ਮਾੜੀ ਨਹੀਂ ਕਹਿਣਾ ਇਹ ਫੇ ਵੀ ਕਹਿੰਦੇ ਹੁੰਦੇ ਆ ਨਾ ਇੱਕ ਰੱਬ ਅੱਗੇ ਅਰਦਾਸ ਉਹ ਨੂੰ ਹੱਸਦੀ ਬਸਾਵੇ ਹੈਨਾ ਲੈ ਕੇ ਅਥਰੂ ਅੱਖਾਂ ਵਿੱਚ ਰੋਂਦੀ ਨਾ ਹੋਵੇ ਹੈਨਾ ਉਹੀ ਗੱਲ ਆ ਬਸ ਉਹ ਬਸਾਵੇ ਹੱਸਦੀ ਵਸੇ ਜਿੱਥੇ ਜੋ ਵੀ ਆ ਉਹ ਆਪਣੀ ਜਗ੍ਹਾ ਤੇ ਸੈੱਟ ਰਵੇ ਫੇ ਵੀ ਅਕਸਰ ਨੂੰ ਮੈਂ ਪਿਆਰ ਆ ਮੈਂ ਇਹੀ ਅੱਜ ਵੀ ਮੇਰੇ ਅੰਦਰੋਂ ਇਹੀ ਨਿਕਲਦਾ ਖੁਸ਼ ਰਵੇ ਅੱਜ ਉਹ ਬਾਹਰ ਆ ਇੰਡੀਆ ਆ ਛੱਡੋ ਕਾਨੂੰ ਭੇਦ ਖੋਲਣੇ ਜਿਆਦਾ ਨਹੀਂ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਮਤਲਬ ਉਹ ਕਹਿੰਦੇ ਨਹੀਂ ਹੁੰਦੇ ਕਿ ਬੰਦਾ ਅੰਦਰੋਂ ਕੁਸ਼ੋਰ ਬਾਹਰੋਂ ਕੁਸ਼ੋਰ ਆਪਾਂ ਦੇਖਦੇ ਆ ਨਾ ਲੈ ਗੋਪੀ ਮਣੀ ਹੋਣੀ ਤਾਂ ਬਹੁਤ ਹੱਸਦੇ ਆ ਬਹੁਤ ਖੇਡਦੇ ਆ ਲੋਕਾਂ ਨੂੰ ਹਸਾਉਂਦੇ ਆ ਤਾਂ ਇੱਕ ਕਹਾਵਤ ਯਾਦ ਆ ਗਈ ਮੈਨੂੰ ਕਿ ਇਹ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕਿੰਦੀ ਭਾ ਸਜਣਾ ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾ ਸਜਣਾ ਤਾਂ ਬਿਲਕੁਲ ਬਿਲਕੁਲ ਰਾਈਟ ਗੱਲ ਆ ਬਿਲਕੁਲ ਨਾ ਮਤਲਬ ਅੰਦਰ ਜਿੰਨਾ ਮਰਜੀ ਤੁਸੀਂ ਦੁਖੀ ਹੋਵੋ ਪਰ ਆਪਾਂ ਲੋਕਾਂ ਅੱਗੇ ਨਹੀਂ ਸ਼ੋਅ ਕਰ ਸਕਦੇ ਰੋ ਰੋ ਕੇ ਜ਼ਿੰਦਗੀ ਤਾਂ ਨਹੀਂ ਨਿਕਲਦੀ ਨਹੀਂ ਨਿਕਲਦੀ ਨਹੀਂ ਨਿਕਲੇ ਹੱਸਣਾ ਪੈਂਦਾ ਕੁਝ ਵੀ ਆ ਆਪਣੇ ਮਾਂ ਪੇਅ ਅੱਲ ਦੇਖਣਾ ਪੈਂਦਾ ਆਪਣੀ ਲਾਈਫ ਵਾਲ ਦੇਖਣਾ ਪੈਂਦਾ ਕਿ ਬੰਦੇ ਨੂੰ ਯਾਰ ਨਹੀਂ ਚਾ ਛੱਡ ਜੋ ਹੋ ਗਿਆ ਪਿੱਛੇ ਸੋ ਹੋ ਗਿਆ ਹੁਣ ਗਾਂ ਗਾਂ ਦੇਖ ਹੈਨਾ ਆਪਣੀ ਤੁਸੀਂ ਆਪਣੀ ਵੀ ਪ੍ਰਦਰਸ਼ਨੀ ਪਾਓ ਲਾਈਫ ਕਿਦਾਂ ਦੀ ਰਹੀ ਤਾਂ ਮੇਰੀ ਲਾਈਫ ਠੀਕ ਆ ਵਧੀਆ ਆ ओके ਮੀ ਤੇ ਜਿਆਦਾ ਕਲੋਸ ਕੋਣ ਹੈ ਇਹ ਹੈ ਇਹ ਹੈ ਮੈਂ ਕਿਉਂਕਿ ਮੇਰੀ ਮਾਂ ਮੇਰੇ ਨਾਲ ਉੱਥੇ ਵੀ ਖੜ ਗਈ ਹੈ ਨਾ ਮੇਰੀ ਮਾਂ ਨੇ ਮੇਰਾ ਸਾਥ ਵਹੁ ਦਿੱਤਾ ਮੇਰੇ ਜਿੱਦਾਂ ਕਹਿੰਦੇ ਮਾੜੇ ਕੰਮ ਇਹ ਨਹੀਂ ਕਿ ਉਹ ਹੋਰ ਕੰਮ ਮਾੜੇ ਹੁੰਦੇ ਆ ਜਿੱਦਾਂ ਮੈਂ ਕਹਿਣਾ ਤਾਂ ਨਹੀਂ ਨਸ਼ੇ ਪੁੱਤੇ ਵਾਲੇ ਜਾਂ ਲੜਾਈਆਂ ਲੁੜੀਆਂ ਨਹੀਂ ਮੇਰੀ ਮਾਂ ਨੇ ਮੇਰਾ ਸਾਥ ਵਹੁ ਦਿੱਤਾ ਕਿ ਨਹੀਂ ਗੋਪੀ ਤੂੰ ਬੁੱਤ ਫਿਗਰ ਨਾ ਕਰ ਕਿਸੇ ਵੀ ਗੱਲ ਦੀ ਸਹੂਗੋਜ ਹੋ ਜਾਣਾ ਟੈਨਸ਼ਨ ਨਾ ਲੈ ਮੈਂ ਡਿਪਰੈਸ਼ਨ ਚ ਚੱਲ ਗਿਆ ਸੀ ਤੇ ਮੈਂ ਇਦਾਂ ਸਾਰੀ ਸਾਰੀ ਦਿਹਾੜੀ ਇਦਾਂ ਸੋਚਿਆ ਐ ਮਰਿਆ ਜਾ ਹੋ ਗਿਆ ਸੀ ਤੇ ਮੰਮੀ ਮੈਂ ਸੁਣ ਲਿਆ ਮੰਮੀਆਂ ਇਹਨੂੰ ਕਹਿੰਦੇ ਕਹਿੰਦੇ ਮਨੀ ਕਿ ਗੋਪੀ ਕੋਈ ਨਸ਼ੇ ਤੇ ਨਾ ਨਹੀਂ ਗੱਨ ਲਾ ਪਿਆ ਜਿਹੜਾ ਇੰਨਾ ਪਤਲਾ ਹੋ ਗਿਆ ਅੱਖਾਂ ਇਹਦੀਆਂ ਇੰਨਾ ਕੋ ਮੂੰਹ ਕੀ ਚੱਕਰ ਪੈ ਗਿਆ ਹੈ ਨਾ ਤੇ ਮੈਂ ਸੁਣ ਲਿਆ ਨਾ ਉਹ ਮੰਮੀ ਮੇਰੀ ਰੋਣ ਲਾ ਪਈ ਕਿ ਮੇਰਾ ਤਾਂ ਗੋਪੀ ਇਦਾਂ ਦਾ ਕਦੀ ਸੀਗਾ ਹੀ ਨਹੀਂ ਇਹ ਤਾਂ ਬਹੁਤ ਹੱਸਦਾ ਕਿ ਜਿਹੜਾ ਮੈਂ ਸ਼ੁਰੂ ਤੋਂ ਇਦਾਂ ਹੀ ਆ ਫਿਰ ਉਹ ਜਿਆਦਾ ਛੋਟਾ ਹੁੰਦਾ ਤਾਂ ਏਡਾ ਮੈਂ ਇਦਾਂ ਹੀ ਆ ਬਾ ਹੱਸੀ ਖੇਡੀਆਂ ਮੈਨੂੰ ਕੋਈ ਪਰਵਾਹ ਨਹੀਂ ਚਾਹੇ ਮੈਨੂੰ ਕੋਈ ਜੋ ਮਰਜੀ ਗੋਵੇ ਤੂੰ ਏਡਾ ਆ ਤੈਨੂੰ ਅਕਲ ਨਹੀਂ ਤੂੰ ਮਤਲਬ ਏਡਾ ਇਨੀ ਉਮਰ ਹੋ ਗਈ ਤੇਰੀ ਤੂੰ ਹੈ ਨਹੀਂ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਇਹ ਆ ਗਈ ਯਾਰ ਲਾਈਫ ਜੀ ਕੱਲ ਦਾ ਕੀ ਪਤਾ ਕੱਲ ਨੂੰ ਕੀ ਹੋਣਾ ਬੰਦੇ ਦਾ ਕੋਈ ਪਤਾ ਨਹੀਂ ਮੈਂ ਬਸ ਉਹ ਇੰਜੋਏ ਕਰਦਾ ਫਿਰ ਜਦੋਂ ਮੇਰੇ ਦੇ ਇਦਾਂ ਦਾ ਮਾੜਾ ਸਮਾਂ ਆਇਆ ਫਿਰ ਜਦੋਂ ਮੈਂ ਆਪਣੀ ਮੈਂ ਇਹ ਸੋਚਿਆ ਯਾਰ ਗੁੱਪੀ ਉਹਦਾ ਕੀ ਕਸੂਰ ਆ ਹਨਾ ਜਿਹਨੇ ਤੈਨੂੰ ਜਮਾ ਕੇ ਏਡਾ ਕੀਤਾ ਉਹਦਾ ਕੀ ਕਸੂਰ ਆ ਫਿਰ ਮੈਂ ਆਪਣੇ ਆਪ ਨੂੰ ਜਦੋਂ ਮਤਲਬ ਉੱਠੇ ਆ ਜੈਮ ਜਮ ਗਿਆ ਜੈਮ ਲਾਇਆ ਫਿਰ ਆਪਣਾ ਸਰੀਰ ਪੂਰਾ ਐ ਫਿੱਟ ਕੀਤਾ ਫਿਰ ਸਮਾਈਲ ਥੋੜੀ ਥੋੜੀ ਰੱਖੀ ਚਿਹਰੇ ਤੇ ਆਪਣੀ ਜਦੋਂ ਮਾਂ ਦੇਖੇਗੀ ਨਾ ਕਿ ਉਹਦਾ ਕੀ ਕਸੂਰ ਮੈਂ ਜੇ ਮੇਰੇ ਨਾਲ ਕੁਝ ਹੋਇਆ ਤਾਂ ਮੈਂ ਉਹਨੂੰ ਖੁਸ਼ ਰੱਖਾ ਮੇਰਾ ਫਰਜ਼ ਹੈ ਮੈਂ ਇਹੀ ਗੱਲ ਸਮਝਾਉਣਾ ਮੈਨੂੰ ਮਮ ਬਹੁਤ ਸਮਝਾਉਂਦੇ ਹੁੰਦੇ ਆ ਗੋਪੀ ਕਹਿੰਦੇ ਹੁੰਦੇ ਆ ਕਿ ਇੱਕ ਮਾਂ ਆ ਜਿਹੜੀ ਹਨਾ ਜਦੋਂ ਆਪਣੇ ਜਦੋਂ ਉਹ ਪੇ ਦੇ ਘਰ ਹੁੰਦੀ ਆ ਉਦੋਂ ਜੋ ਛੋਟੀ ਤੋਂ ਲੈ ਕੇ ਬੜੀ ਤੱਕ ਹੁੰਦੀ ਉਹਨੂੰ ਇਹੀ ਕਹਿ ਦਿੰਦੇ ਆ ਬਗਾਨਾ ਧਾਨਾ ਬਗਾਨਾ ਧਾਨਾ ਜਦੋਂ ਉਹ ਆਪਣੇ ਸਹੁਰੇ ਘਰ ਚਲ ਜਾਂਦੀ ਆ ਫੇ ਕਹਿ ਦਿੰਦੇ ਆ ਇਹ ਬਗਾਨੀ ਧੀ ਆ ਹੈਨਾ ਤੇ ਫੇ ਜਦੋਂ ਕਹਿੰਦੇ ਆ ਕਿ ਜਦੋਂ ਮਤਲਬ ਉਹਦੀ ਡੈਥ ਵੀ ਹੁੰਦੀ ਆ ਫੇ ਵੀ ਕਹਿੰਦੇ ਆ ਵੇਟ ਕਰ ਜਾਓ ਵੇਟ ਕਰੋ ਇਹਦੇ ਲਈ ਸੂਟ ਆਉਣਾ ਪੇਕੇ ਘਰ ਨੂੰ ਕੀ ਗੱਲ ਮੈਂ ਇਹੀ ਸਿਰਫ ਸਮਾਜ ਨੂੰ ਆਪਣੇ ਨੂੰ ਇਹੀ ਪੁੱਛਣਾ ਚਾਹੁੰਦਾ ਕੀ ਗੱਲ ਉਸ ਮਾਂ ਦਾ ਇੰਨਾ ਵੀ ਹੱਕ ਹੈ ਨਹੀਂ ਹੈਨਾ ਉਸ ਘਰ ਦੇ ਵਿੱਚ ਇਕ ਕਈਆਂ ਦੀ ਸੋਚ ਹੋਊਗੀ ਮੈਂ ਹਰੇਕ ਨੂੰ ਮਾੜਾ ਨਹੀਂ ਕਹਿੰਦਾ ਬਟ ਇਦਾਂ ਨਾ ਕਿਹਾ ਕਰੋ ਜੇ ਇਸ ਮਾਂ ਨੇ ਦੇਖੋ ਇੰਨਾ ਕੁਛ ਕਰਦੀ ਆ ਆਪਣੇ ਪੇਟ 'ਚ 9 ਮਹੀਨੇ ਆਪਣੇ ਬੱਚੇ ਨੂੰ ਰੱਖਦੀ ਆ ਹਨਾ ਉਹਨੂੰ ਛੋਟੇ ਤੋਂ ਐਡਾ ਪਾਲਦੀ ਆ ਜਦੋਂ ਨਿਆਣਾ ਉਹਦਾ ਗਲਤ ਨਿਕਲਦਾ ਕਿਸੇ ਨੂੰ ਬਲੇਮ ਨਹੀਂ ਜਾਂਦਾ ਮਾਂ ਨੂੰ ਜਾਂਦਾ ਨਹੀਂ ਕੀ ਗੱਲ ਮਾਂ ਉਹਦੇ ਨਾਲ ਹੁੰਦੀ ਆ ਹਨਾ ਇਹ ਮੈਂ ਸਿਰਫ ਇਹੀ ਕਹਿਣਾ ਜਿੰਨੇ ਵੀ ਮੇਰੇ ਭਰਾ ਆ ਨਸ਼ੇ ਕਰਦੇ ਆ ਪਲੀਜ਼ ਸਿਰਫ ਆਪਣੀ ਮਾਂ ਲੈ ਦੇਖੋ ਕਿਉਂਕਿ ਉਹਨਾਂ ਨੂੰ ਬਲੇਮ ਨਹੀਂ ਮਿਲਦਾ ਉਹ ਮਿਲਦਾ ਮਾਂ ਨੂੰ ਕੋਈ ਆ ਕੇ ਗਵਾਂਡੀ ਵੀ ਕਹਿੰਦਾ ਆ ਤੇਰੀ ਲਾਦ ਇਦਾਂ ਆ ਹਨਾ ਤੇਰਾ ਮੁੰਡਾ ਤਾਂ ਉੱਥੇ ਹੀ ਉਹ ਮਾਂ ਫੇ ਵੀ ਆਪਣੇ ਇਦਾਂ ਕਰ ਲੈਂਦੀ ਆ ਹਨਾ ਕਿਸੇ ਨੂੰ ਨਹੀਂ ਦੱਸਦੀ ਕਿਉਂ ਕਰ ਲੈਂਦੀ ਆ ਕਈ ਕਹਿ ਦਿੰਦੇ ਆ ਹਾਂ ਮਾਂ ਨੂੰ ਤਾਂ ਸਭ ਪਤਾ ਹੋਣਾ ਯਾਰ ਮਾਂ ਨੂੰ ਪੁੱਛ ਕੇ ਤਾਂ ਦੇਖੋ ਉਹਦਾ ਢੱਡ ਪੁੱਛਿਆ ਜਾਣੇ ਕਿਉਂ ਪਤਾ ਹੋਣਾ ਉਹ ਪਿਆਰੇ ਹੀ ਇੰਨਾ ਕਰਦੀ ਆ ਆਪਣੇ ਪੁੱਤ ਨੂੰ ਤੇ ਇਸ ਆ ਪਲੀਜ਼ ਮੇਰਾ ਭਰਾ ਕੋਈ ਵੀ ਨਸ਼ਾ ਨਾ ਕਰੋ ਆਪਣੀ ਮਾਂ ਲ ਦੇਖੋ ਹਨਾ ਜੋ ਉਹਨੂੰ ਕਿਸੇ ਕੋਲੋਂ ਗੱਲ ਇਹ ਸੌਣ ਨੂੰ ਨਾ ਮਿਲੇ ਕਿ ਇਹ ਇਦਾਂ ਉਦਾਂ ਬਾ ਵਧੀਆ ਆਪਣੀ ਲਾਈਫ ਇੰਜੋਏ ਕਰੋ ਆਪਣੇ ਮਾਪੇ ਦਾ ਖਿਆਲ ਰੱਖੋ ਉਦੋਂ ਵੱਡੀ ਕੋਈ ਗੱਲ ਨਹੀਂ ਨਸ਼ੇ ਦੀ ਗੱਲ ਵੀ ਆ ਨਸ਼ੇ ਵੀ ਚਲੋ ਜੇ ਮੁੰਡੇ ਕਰਦੇ ਮੁੰਡੇ ਫਸ ਜਾਂਦੇ ਨਸ਼ੇ ਜੀ ਕਿਸੇ ਦਾ ਜੀ ਘੋੜੀ ਕਰਦਾ ਨਹੀਂ ਕਰਦਾ ਇਹ ਗੱਲ ਹੈ ਨਸ਼ਾ ਕਰਨਾ ਹਨ ਉਹਨ ਮੁੰਡੇ ਫਸ ਜਾਂਦੇ ਆ ਉਹ ਉਹ ਵੀਰਾਂ ਨੂੰ ਮੈਂ ਇਹੀ ਗੱਲ ਕਹੂੰਗਾ ਕਿ ਜੇ ਤੁਸੀਂ ਇਹ ਦਲਦਲ 'ਚ ਫਸਦੇ ਆ ਨਾ ਇਤੋਂ ਨਿਕਲੋ ਕਿ ਤੁਸੀਂ ਇਹਦੇ ਵਿੱਚ ਫਸੋ ਨਾ ਹਨ ਤੁਸੀਂ ਨਿਕਲਣ ਦੀ ਕੋਸ਼ਿਸ਼ ਕਰੋ ਜੇ ਨਹੀਂ ਤਾਂ ਤੂੰ ਨਿਕਲ ਹੁੰਦਾ ਆਪਣੇ ਕਿਸੇ ਯਾਰ ਦੋਸਤ ਨੂੰ ਪੁੱਛ ਲਓ ਜੇ ਉਹ ਵੀ ਨਹੀਂ ਖੜਦਾ ਆਪਣੇ ਮਾਪੇ ਨੂੰ ਤਾਂ ਜ਼ਰੂਰ ਦੱਸੋ ਯਾਰ ਦੋਸਤ ਜੇ ਤੁਹਾਡੇ ਨਹੀਂ ਖੜਦਾ ਨਾ ਆਪਣੇ ਮਾਪਿਆਂ ਨੂੰ ਜ਼ਰੂਰ ਦੱਸੋ ਮਾਪਿਆਂ पे ਜ਼ਰੂਰ ਖੜੂਗਾ ਸਾਡੇ ਲਈ ਕੀ ਤੁਸੀਂ ਸਾਨੂੰ ਕੱਢੋਏ ਹਨਾ ਅਸੀਂ ਇੱਥੇ ਫਸ ਗਏ ਹਾਂ ਮੈਨੂੰ ਤਾਂ ਸਿਗਾ ਕਿ ਅੱਜ ਦੀ ਜਿਹੜੀ ਵੀਡੀਓ ਹੋਣੀ ਹੈ ਨਾ ਬਹੁਤ ਹਾਸਿਆ ਖੇਡੀਆਂ ਵਾਲੀ ਹੋਣੀ ਹੈ ਨਾ ਅਸੀਂ ਖੇਡੀਆਂ ਵਾਲੀ ਹੋਗੀ ਪਰ ਮੈਨੂੰ ਇਹ ਹੈ ਕਿ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਸੀ ਛੋਟਾ ਜਿਹਾ ਤੇ ਬਸ ਇਹ ਹੈ ਕਿ ਇਹ ਮੈਸੇਜ ਸਭ ਤੋਂ ਪੰਚਾ ਦਿਓ ਕਿ ਜਿੱਦਾਂ ਮਤਲਬ ਜਿਹੜਾ ਤੁਹਾਨੂੰ ਮਾਂ ਆਲਾ ਦੱਸਿਆ ਹੈ 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 ਸ੍ਰਿਸ਼ਟੀ ਦੇ ਪੰਚਾ ਦਿਓ ਸ੍ਰਿਸ਼ਟੀ ਦੇ ਸ੍ਰਿਸ਼ਟੀ ਦੇ ਪੰਚਾ ਦਿਓ ਸ੍ਰਿਸ਼ਟੀ ਦੇ ਮਾਲਕਾਂ ਤੇ ਹੀ ਹਨਾ ਉੱਥੇ ਤੇ ਹੀ ਪੰਚਾ ਦਿਓ ਠੀਕ ਹੈ ਜੀ ਪੂਰੀ ਸ੍ਰਿਸ਼ਟੀ ਤੱਕ ਬੰਚਾ ਦਾਂਗੇ ਅਸੀਂ ਹੋਰ ਸੇਵਾ ਜੀ ਹੋਰ ਸੇਵਾ ਤੁਸੀਂ ਦੱਸੋ ਸ੍ਰਿਸ਼ਟੀ ਹੁੰਦਾ ਤੁਸੀਂ ਕੀ ਕਰੀ ਜਾਂਦੇ ਹੋ ਮੈਂ ਕੀਤਾ ਹੈ ਨਾ ਨੇ ਕੀਤਾ ਨਾ ਮੈਂ ਤਾਂ ਮੈਨੂੰ ਪਤਾ ਸ੍ਰਿਸ਼ਟੀ ਹੁੰਦਾ ਤੁਸੀਂ ਤਾਂ ਰਸਤਾ ਪੁੱਛਦੇ ਕਹਿੰਦੇ ਇੱਥੇ ਪ੍ਰਬੰਧ ਉਤਪੰਨ ਕਿਆ ਕਿਆ ਬੋਲ ਰਹੇ ਤੁਸੀਂ ਨਹੀਂ ਨਹੀਂ ਸਾਬ ਉਹ ਸ਼ੱਡਾ ਨਹੀਂ ਕੋਈ ਕਹਿੰਦੇ ਹਿੰਦੀ ਚ ਲਿਖਿਆ ਮੈਨੂੰ ਪੜ੍ਹਨਾ ਨਹੀਂ ਆਉਂਦਾ ਪਿਆ ਉਤਪਨ ਲਿਖਿਆ ਕਿ ਉਤਸਵ ਲਿਖਿਆ ਕੋਈ ਉਤਸਵ ਹੋਣਾ ਹੈ ਇੱਥੇ ਤੇ ਤੁਸੀਂ ਮੈਨੂੰ ਛਿਛਿਛਿ ਕਰਦੇ ਪਿਆ ਮੈਨੂੰ ਪਤਾ ਸ੍ਰਿਸ਼ਟੀ ਹੁੰਦਾ ਆ ਨਹੀਂ ਨਹੀਂ ਹਿੰਦੀ ਵੀ ਆਉਂਦੀ ਆ ਹਿੰਦੀ ਆਪਣੀ ਮਾਤਰ ਭਾਸ਼ਾ ਆ ਤੇ ਆਉਂਦੀ ਆ ਹਿੰਦੀ ਥੋੜੀ ਥੋੜੀ ਆਉਂਦੀ ਆ ਯਾਨੀ ਆਉਂਦੀ ਆ ਬੋਲ ਅੱਛਾ ਤੇ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਆ

ਉਹ ਕਹਿੰਦੇ ਮੁਗਲ ਮਗਲ ਮਗਲ ਡੀ ਅੰਡਰ ਸੇ ਆਤਾ ਹੈ ਅੰਡਰ ਸੇ ਅੰਡਰ ਸੇ ਆ ਰ ਮਾਲੂਮ ਨਹੀਂ ਕਿ ਐਸੇ ਪਰ ਕੂਟਕੂਟ ਕੇ ਬਰਾ ਹੈ ਡੀਡਾ ਡੀਡਾ ਨਿਕਲਤਾ ਹੈ ਅੰਡਰ ਸੇ ਵਾਹ ਹੁਣ ਪੰਜਾਬੀ ਤੇ ਆ ਜਾਓ ਮਮਾ ਮਮਾ ਨੂੰ ਤੁਸੀਂ ਚਿਹਰਾ ਕਿਉਂ ਨਹੀਂ ਦਿਖਾਉਂਦੇ ਮਮਾ ਨੂੰ ਪਤਾ ਹੀ ਨਹੀਂ ਹੱਲੇ ਵੀਡੀਓ ਪਾਉਨੇ ਆ ਵੀਡੀਓ ਪਾਉਨੇ ਉਹਨਾਂ ਨੂੰ ਪਤਾ ਨਹੀਂਗਾ ਦਵਾਰਵਾਲੀਏ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹਨਾਂ ਦੀ ਅਸੀਂ ਵੀਡੀਓ ਪਾਉਨੇ ਆ ਤੇ ਉਹਨਾਂ ਨੂੰ ਹੌਣ ਜਿੱਦਾਂ ਬਹੁਤ ਪਰਿਵਾਰ ਸਾਨੂੰ ਮਿਲਣ ਆਉਂਦੇ ਆ ਵਧੀਆ ਪਿਆਰ ਮਿਲਦਾ ਤੇ ਹੌਣ ਮੰਮੀ ਨੂੰ ਹੌਲੀ ਹੌਲੀ ਉਹਦਾ ਪਤਾ ਲੱਗਣ ਲੱਗ ਪਈ ਕਿ ਵੀਡੀਓ ਬਣਦੀ ਹੈ ਇਹ ਬਣਾਉਂਦੇ ਆ ਇੰਸਟਾ ਦੇ ਕੋਈ ਇੰਸਟਾਗ੍ਰam ਉਹਨਾਂ ਨੂੰ ਇਹ ਵੀ ਨਹੀਂ ਪਤਾ ਇੰਸਟਾ ਕੀ ਹੁੰਦਾ ਉਹ ਕਹਿੰਦੇ ਕਿ ਪਾਉਂਦੇ ਆ ਕਿ ਇਸ ਕਰਕੇ ਮੇਰੇ ਮੁੰਡਿਆਂ ਨੂੰ ਪਿਆਰ ਕਰਦਾ ਕੋਈ ਕਿ ਮਿਲਣ ਆਉਂਦੇ ਇਸ ਕਰਕੇ ਹੌਣ ਥੋੜਾ ਜਿਹਾ ਨਵੇਂ ਨਵੇਂ ਕੋਈ ਮਿਲਣ ਆਂਦਾ ਸੀ ਕਿ ਅਸੀਂ ਗੋਪੀ ਤੇ ਮਣੀ ਨੂੰ ਮਿਲਣਾ ਆ ਤਾਂ ਉਹ ਮੰਮੀ ਐ ਨਹੀਂ ਕਹਿੰਦੇ ਸੀ ਕੀ ਉਹ ਐਡ ਕੀ ਆ ਜਿਹੜਾ ਤੁਸੀਂ ਮਿਲਦਾ ਇਦਾਂ ਉਹ ਯਾਰ ਦੋਸਤ ਆਉਂਦੇ ਆ ਇਹਦਾ ਹੈਗੀ ਆ ਯਾਰੀ ਦੋਸਤੀ ਆਉਂਦੇ ਆ ਉਹ ਤਾਂ ਆਉਂਦੇ ਹੁੰਦੇ ਸੀ ਹਵੇਲੀ ਜਿਹਦਾ ਮਤਲਬ ਰੋਜ਼ੇ ਮੇਲਾ ਲੱਗਿਆ ਰਹਿਣਾ ਐਵੇਂ ਕਹਦੇ ਹੀ ਗੱਪ ਨਹੀਂ ਮਾਰਦੇ ਜਿੰਨੇ ਵੀ ਯਾਰ ਦੋਸਤ ਆ ਵਧੀਆ ਹੋਰ ਨਾਲ ਜੁੜੇ ਆ ਆਪਣੇ ਭਰਾ ਕਿਸੇ ਨੂੰ ਵੀ ਆਪਾਂ ਮਾੜਾ ਥੋੜੀ ਕਹਣਾ ਆਉਂਦੇ ਹੀ ਮੇਲੇ ਰੋਜ਼ੇ ਮੇਲਾ ਲੱਗਾ ਰਹਿਣਾ ਹਵੇਲੀ ਸਾਰਿਆਂ ਨੇ ਬੈਠੇ ਰਹਿਣਾ ਪਿੱਛੇ ਬਸ ਹੱਸੀ ਖੇਢੀ ਜਾਣਾ ਤੇ ਹੁਣ ਜਦੋਂ ਮੰਮਾ ਦੇਖਦੇ ਆ ਕਿ ਇਹ ਮੁੰਡੇ ਨਵੇਂ ਆ ਉਹ ਮੁੰਡੇ ਤਾਂ ਹੈ ਨਹੀਂ ਜਿਹੜੇ ਅੱਗੇ ਆਉਂਦੇ ਤੁਹਾਨੂੰ ਪਤਾ ਮਾਰ ਦੋਂ ਦਾ ਉਹਦੇ ਪਤਾ ਲੱਗ ਜਾਂਦਾ ਪੈਰਾਂ ਨਾਲ ਹੀ ਕੀ ਆ ਕੌਣ ਆ ਕੌਣ ਨਹੀਂ ਆਇਆ ਤੇ ਫੇਰ ਹੌਲੀ ਹੌਲੀ ਥੋੜਾ ਜਿਹਾ ਮੜਮੜਾ ਜਿਹਾ ਉਹਨਾਂ ਦੱਸਦੇ ਆ ਕਿ ਜਿੱਦਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਾਮੇ ਹੋਣਾਂ ਦੀਆਂ ਵੀਡੀਓ ਚੜੀਆਂ ਆ ਨੈੱਟ ਤੇ ਫੇਰ ਥੋੜਾ ਜਿਆਦਾ ਸਾਡਾ ਹੋਊਗਾ ਘਟਾਪਾ ਆਦਾ ਜਲ ਨਹੀਂ ਜਦੋਂ ਮਤਲਬ ਥੋੜਾ ਜਿਹਾ ਬੋਲੂਗੇ ਗੁੱਸੇ ਜਿਹੇ ਚ ਹਾਂਜੀ ਮਦਰਸਡੇ ਦੇ ਉੱਤੇ ਵਾਲੀਆਂ ਗਿਫਟ ਕੀਤੀਆਂ ਸੀ ਚੋਰੀ ਦੀਆਂ ਸੀ ਤੁਸੀਂ ਪੁੱਛਦੇ ਪਏ ਸੀ ਗੋਪੀ ਜੀ ਨੂੰ ਇਹ ਤਾਂ ਹੁਣ ਗੋਪੀ ਨੂੰ ਪੁੱਛੋ ਜੀ ਇਹ ਮੈਨੂੰ ਸ਼ੱਕ ਜਿਆਦਾ ਪੈ ਜਾਂਦਾ ਤਾਂ ਮੈਂ ਤਾਂ ਮੰਮੀ ਨੂੰ ਕਲੀਅਰ ਕਰਨਾ ਚਾਹੁੰਦਾ ਹੁੰਦਾ ਕਿ ਮੰਮੀ ਇਹਨੂੰ ਪੁੱਛ ਲਾ ਕਿ ਇਹ ਕਿੱਥੋਂ ਚੀਜ਼ ਲੈਂਦਾ ਕਿੱਥੋਂ ਨਹੀਂ ਲੈਂਦਾ ਕਿਉਂਕਿ ਪਿੱਛੇ ਜੇ ਜਦੋਂ ਅਸੀਂ ਕਣਕ ਵੱਡੀ ਸੀਗੀ ਉਦੋਂ ਕਣਕ ਦੇ ਵਿੱਚੋਂ ਹੀਰਾ ਫੇਰੀ ਹੋਈ ਹੋਈ ਸੀ ਅੱਛਾ ਹਾਂਜੀ ਅੱਛਾ ਪਤਾ ਕਿਦਾਂ ਮੈਂ ਮੈਂ ਇਦਾਂ ਆ ਮੈਂ ਥੋੜੀ ਜਿਹੀ ਪੈਸੇ ਸੇਵ ਕਰ ਲਾਂ ਉਹਨਾਂ ਥੱਗੀ ਮਾਰ ਕੇ ਚਲੋ ਜੋ ਘਰ ਦੇਖੋ ਕੰਮ ਵੀ ਅਸੀਂ ਕਰਦੇ ਆ ਜਾਣੀ ਐ ਨਾ ਇਹ ਕੋ ਨੂੰ ਸੇਵ ਕਰ ਲੈਣੇ ਆ ਖਰਚਣੇ ਨੇ ਗਲਤ ਕੰਮੇ ਨਹੀਂ ਲਾਉਣੇ ਜਿਹਦਾ ਸੇਵ ਕਰ ਲੈਣੇ ਕਿਤੇ ਔਕੇ ਟਾਈਮ ਕੰਮ ਆ ਜਾਂਦਾ ਮम्मी ਵੀ ਕਹਿੰਦੀ ਹੁੰਦੀ ਆ ਪੈਸਾ ਜੋੜਨਾ ਸਿੱਖੋ ਪੈਸਾ ਕਹਿੰਦੇ ਹੁੰਦੇ ਆ ਕਮਾਉਣਾ ਬਹੁਤ ਆ ੜਾਉਣਾ ਬਹੁਤ ਸੌਖਾ ਤੇ ਤਾਂ ਕਰਕੇ ਫਿਰ ਮੈਂ ਥੋੜਾ ਸੇਵ ਕਰਦਾ ਨਾ ਉਹਦੇ ਵਿੱਚੋਂ ਫਿਰ ਮੰਮੀ ਨੂੰ ਫਿਰ ਗਿਫਟ ਲਿਆ ਕੇ ਦਿੱਤਾ ਸੀ ਸੋਨੇ ਦੀਆਂ ਵਾਲੀਆਂ ਲੈ ਕੇ ਦਿੱਤੀਆਂ ਤੇ ਮਾਂ ਹੋ ਗਈ ਪੂਰੀ ਖੁਸ਼ ਐਨੀ ਖੁਸ਼ ਕਿ ਮਾਂ ਨੂੰ ਯਕੀਨ ਨਹੀਂ ਹੋਇਆ ਕਿ ਮੇਰਾ ਕੋਈ ਨਹੀਂ ਹੁੰਦਾ ਕਿ ਉਹ ਕਹਿੰਦੇ ਤੁਸੀਂ ਬੇਵੜੇ ਹੋ ਬੇਵੜੇ ਹੋ ਕਹਿੰਦੀ ਇਹਨੇ ਬੇਵੜੇ ਇੰਨੇ ਜੋਗੇ ਹੈ ਨਹੀਂ ਸੀ ਇਹਦੇ ਹੱਡੋ ਕੁੱਤੇ ਦੇ ਇਹ ਜਾਂਦੇ ਤੇ ਆ ਫੇਮਸ ਡਾਇਲੋਗ ਹੈ ਹਰਾਮ ਦੇਓ ਕੁੱਤੇ ਦੇ ਹੱਟ ਕੁੱਤੇ ਦੇ ਹੱਡੋ ਬੰਦੇ ਬਣ ਜਾਓ ਆਪਣੀ ਪੰਜਾਬੀ ਆਪਣਾ ਜੀ ਤਾਂ ਘਰੇ ਜੋ ਵੀ ਕਲਚਰ ਆਪਣਾ ਚੱਲਦਾ ਆ ਆਪਾਂ ਸਾਰਾ ਕੁਝ ਨੇਚਰਲੀ ਕਰਦੇ ਆ ਨੇਚਰਲੀ ਆ ਜੋ ਵੀ ਆਪਣਾ ਪਰ ਇੰਨਾ ਆ ਕਿ ਇਹ ਸਾਡੇ ਪੰਜਾਬ ਦਾ ਕਲਚਰ ਆ ਪੁਰਾਣਾ ਅੱਜ ਲੋਕੀ ਵਿਦੇਸ਼ਾਂ ਚ ਚਲੇ ਗਏ ਆ ਸਾਰੇ ਮਿਸ ਕਰਦੇ ਹੁਣ ਸਾਰਿਆਂ ਦੇ ਫੋਨ ਆਉਂਦੇ ਆ ਯਾਰ ਭਾਜੀ ਹੁਣ ਸਾਨੂੰ ਜਿੱਦਾਂ ਮਤਲਬ ਕਈ ਮਾਤਾਵਾਂ ਦੇ ਵੀ ਫੋਨ ਆਉਂਦੇ ਆ ਉਹ ਵੀ ਜਦੋਂ ਕਹਿੰਦੀਆਂ ਪੁੱਤ ਵੇ ਸੱਚੀ ਉਹ ਟਾਈਮ ਚ ਇਤੇ ਆਗਾ ਜਦੋਂ ਅਸੀਂ ਪਿੰਡੇ ਦਾ ਇਕੱਠੇ ਰਹਿੰਦੇ ਹੁੰਦੇ ਸੀ ਖੇਡਦੇ ਹੁੰਦੇ ਸੀ ਜਿੱਦਾਂ ਮਤਲਬ ਬੋਲਦੇ ਹੁੰਦੇ ਫੋਨ ਚੱਕ ਕੇ ਫੋਨ ਸਪੀਕਰ ਤੇ ਲਾਈਓ ਪਲੀਜ਼ हां जी अम्मा जी ਕਿੱਥੇ ਗਏ ਹੋ ਆ ਤੁਸੀਂ ਮੈਂ ਫੋਨ ਕਰਦੀ ਫੋਨ ਵੀ ਨਹੀਂ ਚੱਕਦੇ ਮਮਾਈ ਇਹੀ ਆਏ ਆ ਖਬਰਾਂ ਚ ਆਉਣ ਲੱਗੇ ਆ ਕਿਹੜੀਆਂ ਖਬਰਾਂ ਚ ਕੀ ਹੋਇਆ ਤੁਸੀਂ ਕੀ ਕਹਿਣਾ ਠੀਕ ਹੈ ਨਾ ਪੱਥੇ ਕਹਿਣ ਪਾਉਣੇ ਤੇ ਪਸੂਰ ਪਾਣੀ ਕਰ ਤੋਂ ਓ ਮਮਾ ਮਾ ਮੇਰੀ ਗੱਲ ਸੁਣ ਇੱਥੇ ਲੈ ਕੇ ਸਾਡੇ ਮੋਰੇ ਮਾਈਕ ਮੂਕ ਲੈ ਕੇ ਖਬਰਾਂ ਵਾਲੇ ਖੜੇ ਹੋ ਤੁਸੀਂ ਕੀ ਸਾਡੀ ਹਰੇਕ ਥਾਂ ਬੇਇੱਜ਼ਤੀ ਕਰ ਦਿੰਦੇ ਆ ਤੁਸੀਂ ਤਰਪਾਂ ਦੇ ਮੂੰਹ ਚੱਕ ਕੇ ਖਰੇ ਕਿੱਦਾਂ ਦੇ ਬੰਦੇ ਹੈਗੇ ਕਿੱਦਾਂ ਦੇ ਨਹੀਂ ਮੋਰੇ ਉਹ ਕੁੜੀਆਂ ਮਮਾ ਚੰਗੀਆਂ ਵਿਚਾਰੀਆਂ ਇਦਾਂ ਨਹੀਂ ਓ ਓ ਮਮਾ ਚੰਗਾ ਦਾ ਨੂੰ ਕਾਰਦਾ ਹਾਂ ਹਾਂ ਜੀ ਕੋਈ ਕੁੜੀ ਗਾੜੀ ਦਾ ਨਹੀਂ ਕੋਈ ਚੱਕਰ ਹਾਂ ਜੀ ਹਾਂ ਜੀ ਮੈਂ ਇੱਥੇ ਹੀ ਆ ਗਾੜਾ ਸੌਣ ਮੇਰੀ ਹਾਂ ਜੀ ਕੀ ਕੁੜੀ ਗਾੜੀ ਦਾ ਚੱਕਰ ਕਹਿੰਦਾ ਉਹ ਨਹੀਂ ਨਹੀਂ ਕੁੜੀ ਨਹੀਂ ਨਿਕਲ ਗਿਆ ਕੁੜੀ ਰੂੜੀ ਦੇ ਬੈਠੇ ਸੀ ਇੱਥੇ ਰੂੜੀ 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 ਰੋੜੀ ਕੁੱਟੀ ਔਰ ਰੂੜੀ ਕੁੜਰੀ ਕੁੜੀ ਨਿਕਲੇ ਕੁੜੀ ਤੁਹਾਨੂੰ ਕੀ ਸੁਣਿਆ ਕੁੜੀ ਹਰ ਵੇਲੇ ਨੋਹਾਂ ਦੇ ਸੁਪਨੇ ਮਮਾ ਲੈਣੇ ਛੱਡਦੇ ਅਸੀਂ ਵਿਆਹ ਨਹੀਂ ਕਰਾਉਣ ਲੱਗੇ ਹੈਗੇ ਇੱਥੇ ਹਾਂ ਮੇਰੀ ਗੱਲ ਸੁਣ ਲਓ ਇੱਕ ਬੰਦੇ ਆ ਤਰਾ ਹਾਂਜੀ ਕਿਤੇ ਉਹੀ ਖਾਇਆ ਜਾਂਦਾ ਬਾੜਾ ਨਹੀਂ ਇਹ ਕੋਈ ਚੰਦ ਨਾ ਚੜ ਕੇ ਆ ਜਾਂਦਾ ਮਾਈ ਨਹੀਂ ਨਹੀਂ ਅਮਾਈ ਤੁਸੀਂ ਟੈਨਸ਼ਨ ਨਾ ਲਾਓ ਹੁਣ ਫੋਨ ਕੱਟੋ ਅਸੀਂ ਖਬਰਾਂ ਮੋਰੇ ਚ ਖਬਰਾਂ ਜਾਂਦੇ ਆ ਇਹ ਸੂਰਜ ਹੀ ਚਾੜਾਂਗੇ ਤੁਹਾਨੂੰ ਪੁੱਛ ਕੇ ਤੁਹਾਡੇ ਸਹਿਮਤੀ ਨਾਲ ਮਨੀ ਦਾ ਸੂਰਜ ਚਾੜ ਦਵਾਂਗੇ ਕੁੱਤਾ ਤੁਹਾਡਾ ਛਿੱਤਰ ਨਾ ਖਾਣੇ ਭੌਂਕਦਾ ਕੁੱਤਾ ਤੇਰਾ ਕੰਨ ਵੀ ਨਹੀਂ ਸੁਣਦਾ ਮੇਰੀ ਉਹ ਮਮਾ ਚੰਗ ਉਹ ਮਮਾ ਮਮਾ ਤੁਸੀਂ ਤਾਂ ਰੋਟੀ ਖਾਣੇ ਆ ਮੈਂ ਤਾਂ ਰੋਟੀ ਖਾਣੀ ਆ ਤੁਸੀਂ ਕਿਹਾ ਮਾਮਾ ਨੂੰ ਪੱਠੇ ਪਾਉਣ ਲੱਗੇ ਆ ਹਰਾਮ ਆਹ ਜਿਹੜਾ ਬੰਨਿਆ ਕਿਲੇ ਤੇ ਉਹ ਨਹੀਂ ਨਹੀਂ ਠੀਕ ਅੰਮਾ ਪੰਜਾਬੀ ਨਿਊਜ਼ ਵਾਲੇ ਕੈਮਰੇ ਅੱਧਰ ਨੂੰ ਕਰੀ ਜਾਂਦੇ ਚੰਕਾ ਫੋਨ ਕੱਟ ਤੂੰ ਕਹਿੰਦੇ ਕਿ ਆਹ ਫੋਨ ਕੱਟ ਇੱਕ ਮਿੰਟ ਰੋ ਮਾਈ ਗੋਡ ਸੱਚੀ ਸੱਚੀ ਐਡੇ ਵੀਡੀਓ ਦੇ ਵਿੱਚ ਹੁੰਦਾ ਤੇ ਸੱਚੀ ਉਹਨਾਂ ਦੀ ਮੰਮਾ ਐਡੇ ਬੋਲਦੇ ਮਨ ਲੱਗਾ ਸ਼ਾਇਦ ਤੁਹਾਨੂੰ ਮੈਂ ਦਾਦਾ ਸਵੇਰੇ ਮੈਨੂੰ ਇਹ ਗੁਰੀ ਆ ਆਪਣਾ ਫਰੈਂਡ ਜਦੋਂ ਮੈਂ ਭਰਾ ਆ ਤਾਂ ਇਹਦਾ ਮੁੰਡਾ ਭਾਜੀ ਦਾ ਬੜਾ ਭਰਾ ਉਹਦਾ ਮੈਨੂੰ ਸਵੇਰੇ ਫੋਨ ਆਇਆ ਤੇ ਉਹ ਅਮਰੀਕਾ ਜਿਹਾ ਮੈਨੂੰ ਕਹਿੰਦਾ ਗੂਪੀ ਕਹਿੰਦਾ ਯਾਰ ਮੇਰੇ ਨਾਲ ਇੱਥੇ ਮੇਰੇ ਫਰੈਂਡਸ ਬੈਠੇ ਸੀਗੇ ਸਾਰੇ ਜਣੇ ਕਹਿੰਦੇ ਯਾਰ ਉਹ ਕਹਿੰਦੇ ਕਿ ਇਹ ਵੀਡੀਓ ਦਾ ਮਤਲਬ ਮੈਨੂੰ ਅੰਗਰੇਜ਼ੀ ਜੀ ਨਹੀਂ ਆਉਂਦਾ ਇਹ ਸਿੱਖ ਕੇ ਕਰਦੇ ਆ ਕਾਊਂਟਿੰਗ ਰਿਹਰਸਲ ਕਰ ਰਿਹਰਸਲ ਕਰਕੇ ਕਰਦੇ ਆ ਕਹਿੰਦਾ ਭਰਾਵਾ ਜਦੋਂ ਮੈਂ ਉਹਨਾਂ ਦੱਸਿਆ ਨਾ ਮੈਂ ਉੱਥੇ ਹੀ ਹੁੰਦਾ ਜਦੋਂ ਇੰਡੀਆ ਜਾਂਦਾ ਇਹਨਾਂ ਦੇ ਆਹੀ ਕੋਸ਼ਿਸ਼ ਚੱਲਦਾ ਉਹ ਵਾਲਾ ਮੁੰਡੇ ਇੰਨਾ ਹੱਸੇ ਨਾ ਇੰਨਾ ਉਹਦੇ ਕਹਿੰਦਾ ਯਾਰ ਭਾਜੀ ਸੱਚੀ ਗੱਲ ਹੈ ਕਹਿੰਦਾ ਸਾਨੂੰ ਜਿਆਦਾ ਇਹੀ ਕਹਿੰਦਾ ਇਹ ਭਰਾਵਾ ਉਹਨਾਂ ਦੀ ਜਦਾਂ ਨਾ ਕਹਾਣੀ ਗਰਗਰ ਕੀ ਕਹਿੰਦਾ ਉਹਨਾਂ ਦਾ ਆਹੀ ਆਹੀ ਕੰਮ ਚੱਲਦਾ ਹੈ ਕਹਾਣੀ ਗਰਗਰ ਕੀ ਚੱ ਇੱਕ ਵੀਡੀਓ ਮੈਂ ਤੁਹਾਡੀ ਹੋਰ ਦੇਖੀ ਸੀ ਜਿੰਦੇ ਵੀ ਤੁਸੀਂ ਪਾਪਾ ਨੂੰ ਆਪਣੇ ਨੂੰ ਕਹਿੰਦੇ ਪਏ ਸੀਗੇ ਮਾਪਾ ਜੀ ਨੇ ਸ਼ਾਇਦ ਥੋੜੀ ਖਾਧ ਪੀਤੀ ਹੋਈ ਸੀ ਤੇ ਨਵੀਂ ਮੰਮੀ ਲਿਆਈਏ ਉਹ ਕੀ ਸੀ ਉਹ ਜਿਹਦਾ ਹਨਾ ਤੁਹਾਨੂੰ ਪਤਾ ਕੁਝ ਵਿਚਾਰ ਉਹਨੂੰ ਵੀ ਬੋਲ ਲੈਂਦੇ ਯਾਰ ਉਹਨੂੰ ਨਹੀਂ ਬੋਲ ਨੀ 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 ਉਹ ਨਹੀਂ ਨਹੀਂ ਤੂੰ ਮੈਨੂੰ ਨਾਂ ਲੈ ਕੇ ਕਹਦੇ ਆ ਚੱਲ ਬੋਲ ਨੀ 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 ਕੋਈ ਗੱਲ ਨਹੀਂ ਨਹੀਂ ਬੋ ਨਹੀਂ ਯਾਰ ਕਾ ਬੋਲਾ ਇਦਾਂ ਉਹ ਸੰਗਦਾ ਉਹ ਮੈਂ ਨਹੀਂ ਸੰਗਦਾ ਤੇ ਹੈ ਨਾ ਸੰਗਦਾ ਸੁੰਗਦਾ ਉਹ ਫੇ ਜਦਾਂ ਮਤਲਬ ਸਾਡੇ ਜਣੇ ਇਦਾਂ ਆ ਕਿ ਸਾਰੇ ਓਪਨ ਮਾਈਂਡਡ ਐ ਆ ਕੋਈ ਨਹੀਂ ਕਿ ਇਦਾਂ ਹੈਗਾ ਕਿ ਜਦੋਂ ਮਤਲਬ ਅਸੀਂ ਆਪਣਾ ਨਾ ਮੇਰਾ ਆਪਣਾ ਨਾਂ ਰੱਖਦਾ ਮਨੀ ਸ਼ੋਕਰ ਮੋਰੇ ਇਦਾਂ ਨਾ ਮੈਂ ਟਾਚ ਅਪ ਕਰਕੇ ਬੈਠਾ ਅੱਜ ਭਰਾ ਸਾਡਾ ਬੋਲਵੇ ਜੋ ਦਿਲ ਚੀਆ ਕੱਢ ਦੇ ਬਾਪੂ ਸਾਡਾ ਸਾਡਾ ਯਾਰ ਵੀ ਐ ਹੈ ਨਾ ਸਾਡਾ ਪੇ ਵੀ ਐ ਬਿਜਾਣੀ ਅਸੀਂ ਉਦਾਂ ਉਹਦੇ ਨਾਲ ਪੂਰਾ ਐਨ ਜਿੱਦਾ ਆਪਣੇ ਮਾਪੇ ਨਾਲ ਗੱਲ ਇਦਾਂ ਸ਼ੇਅਰ ਕਰੀ ਦੀਏ ਕਿ ਬਾਪੂ ਇਦਾਂ ਮਤਲਬ ਅੱਜ ਅਸੀਂ ਉੱਥੇ ਪਹੁੰਚੇ ਬਾਪੂ ਨਾ ਬਾਪੂ ਸਾਡੇ ਲਈ ਹਰੇਕ ਜਗ੍ਹਾ ਖੜਾ ਹਰੇਕ ਤਰ੍ਹਾਂ ਹਰੇਕ ਚੀਜ਼ ਤਰ੍ਹਾਂ ਜਿਉਂ ਉਹਨੂੰ ਅਸੀਂ ਕਹਿ ਦੀਏ ਕਿ ਬਾਪੂ ਅੱਜ ਇਦਾਂ ਹੋ ਗਈ ਉਹਨੇ ਕਹਣਾ ਆਇਆ ਟੈਨਸ਼ਨ ਕਰਨ ਲੈਣਾ ਆ ਗਿਆ ਫਿਕਰ ਕਾਦੀ ਆ ਨਾ ਕੋਈ ਚੱਕਰ ਜਾਨੀ ਇੰਨਾ ਆ ਉਹਨੇ ਇੱਕ ਗੱਲ ਕਿਹਾ ਆ ਤੁਸੀਂ ਆਪਣੇ ਐਨਜੋਏ ਕਰੋ ਸ਼ੌਂਕ ਪੂਰੇ ਕਰੋ ਪਰ ਨਸ਼ੇ ਪੱਤੇ ਵਾਲ ਨੂੰ ਨਹੀਂ ਜਾਣਾ ਫੇਮ ਹੈ ਤੁਹਾਡੇ ਮਗਰ ਹੈ ਨਹੀਂ ਗਾ ਜੇ ਤੁਸੀਂ ਨਸ਼ੇ ਪੱਤੇ ਇਹੀ ਸਾਡੀ ਮਾਂ ਕਹਿੰਦੀ ਆ ਸ਼ੌਂਕ ਪੂਰੇ ਜਿੰਨੇ ਮਰਜ਼ੀ ਕਰ ਲੋ ਆਪਣਾ ਕੰਮ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਆਪਣਾ ਕੰਮ ਕਰਕੇ ਹੈ ਨਾ ਤੇ ਮੈਂ ਕਹਾਂ ਚਲੋ ਠੀਕ ਆ ਉਹਨਾਂ ਦੀ ਗੱਲ ਅੱਜ ਵੀ ਲੜ ਬੰਨੀ ਆ ਕੂੜੀ ਕਾੜੀ ਦਾ ਚੱਕਰ ਨਾ ਹੋਵੇ ਤੇ ਨਸ਼ੇ ਪੱਤੇ ਤੋਂ ਦੂਰ ਰਹਿਣਾ ਬਸ ਇਹ ਦੋ ਚੀਜ਼ਾਂ ਬਾਕੀ ਤੁਸੀਂ ਆਪਣਾ ਇੰਜੋਏ ਪੂਰਾ ਕਰੋ ਕੰਮ ਕਰੋ ਕੰਮ ਕਰਦੇ ਵੀ ਆ ਤੇ ਬਸ ਇਦਾਂ ਆ ਅੱਛਾ ਵਿਆਹ ਕਿਉਂ ਨਹੀਂ ਕਰਾਉਂਦੇ ਮੰਮੀ ਇੰਨੀ ਮਗਰ ਪਈ ਹੋਈ ਆ ਵਿਆਹ ਕਰਾਉਣ ਨੂੰ ਕਿਉਂ ਆਖਿਰਕਾਰ ਵਿਆਹ ਕਿਉਂ ਚਾਹੁੰਦੇ ਕਿ ਪਹਿਲਾਂ ਵੱਡੇ ਭਰਾ ਦਾ ਵਿਆਹ ਹੈ ਮੈਂ ਸੋਚਦਾ ਕਿ ਰੀਤ ਥੋੜੀ ਜਿਹੀ ਚੇਂਜ ਕਰ ਦਈਏ ਸਾਰੇ ਪਹਿਲਾਂ ਪਹਿਲਾਂ ਸ਼ੂਟਿੰਗ ਦਾ ਹੀ ਕਰ ਛੋਟਾ ਕਹਿੰਦਾ ਪਹਿਲਾਂ ਬਡੇ ਦਾ ਹੋ ਜਵੇ ਤਾਂ ਚੰਗੀ ਗੱਲ ਐ ਮੈਂ ਕਹਾਂ ਮਾ ਭਾਬੀ ਜੀ ਰੋਟੀ ਪਾਇਓ ਰੋਟੀ ਪਾਇਓ ਹਾਂ ਓਏ ਕੁ ਚੀਜ਼ ਤਾਂ ਮੈਂ ਭੁੱਲੀ ਗਈ ਮੈਂ ਮੈਂ ਵੀ ਫੇਰ ਇਦਾਂ ਕਹਿ ਸਕਦਾ ਨਾ ਭੁੱਲ ਗੇ ਮੈਂ ਕੁੰਡ ਕੱਢਣਾ ਦਿਉ ਰਾਵੇ ਮਾ ਜੇਠਾਵੇ ਮਾਫ ਕਰੀਆ ਨਾ ਤੇ ਮੈਂ ਵੀ ਕਹਿ ਸਕਦਾ ਇਦਾਂ ਕਿਸੇ ਨੂੰ ਲੈ ਤੇ ਤਾਂ ਗਰ ਪੰਜਾਬ ਨੂੰ ਤਾਂ ਅੱਜ ਗਲ ਘੁੱਟ ਦੇਣਾ ਤੇਰਾ ਕੁੱਤੇ ਦੇ ਹੱਡਾ ਕੁੱਤੇ ਦੀ ਨਹੀਂ ਮੇਰੀ ਗੱਲ ਸੁਣੋ ਕੀ ਹੁੰਦੇ ਜਿਹੜੇ ਕੁੜੀਆਂ ਕਰਾਂਦੀਆਂ ਨੇ ਨੇਲ ਸੈਂਚਨ ਕੀ ਨੇਲ ਸੈਂਚਨ ਅਨਚੈਂਚਨ ਕਹਿੰਦੇ ਬੋਲੋ ਮਾਉਂ ਤੋਏ ਕੋਈ ਗੱਲ ਨਹੀਂ ਆਈ ਕਿ ਬੋਲੋ ਇਹ ਆ ਸਾਡੇ ਵੀ ਆ ਜਿਹੜਾ ਹਾਰਟ ਪੇਸ਼ੈਂਟ ਜੇ ਆਈ ਥੋੜੇ ਜੇ ਠੀਕ ਨਹੀਂ ਨੇਲ ਐਕਸਟੈਂਸ਼ਨ ਨੇਲ ਨੇਲ ਐਕਸਟੈਂਸ਼ਨ ਨੇਲ ਐਕਸਟੈਂਸ਼ਨ ਮੈਂ ਦੇਖਿਆ ਬਾਰ ਬਾਰ ਗਲਤ ਬੋਲੀ ਜਾਂਦਾ ਪਿਆ ਮੁੰਡਾ ਤੁਹਾਨੂੰ ਸੱਚੀ ਨਹੀਂ ਪਤਾ ਕਿ ਜਾਣ ਕੇ ਬੋਲ ਦੇ ਇਹ ਮੈਨੂੰ ਸੱਚੀ ਨਹੀਂ ਪਤਾ ਨੇਲ ਚੈਂਜ ਨਹੀਂ ਕਹਿੰਦੇ ਆ ਨੇਲ ਐਕਸਟੈਂਸ਼ਨ ਨੇਲ ਐਕਸਟੈਂਸ਼ਨ ਐਕਸਟੈਂਸ਼ਨ ਹੁਣ ਪਤਾ ਲੱਗ ਗਿਆ ਨੇਲ ਐਕਸਟੈਂਸ਼ਨ ਤੁਸੀਂ ਬੋਲਿਓ ਨੇਲ ਟੈਂਸ਼ਨ ਇੰਟੈਂਸ਼ਨ ਨੇਲ ਪਹਿਲੇ ਸਹੀ ਬੋਲ ਰਹੀ ਟੈਂਸ਼ਨ ਕਹਿੰਦਾ ਇਹ ਮੇਲ ਟੈਂਸ਼ਨ ਨਹੀਂ ਨਹੀਂ ਨੇਲ 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 ਟੈਂਸ਼ਨ ਹੈ ਜਾਂ ਉਹ 5 6000 ਦੇ ਲਾਦੇ ਟੈਂਸ਼ਨੇ ਪੈਣੀਆ ਮਗਰ ਉਹ ਘਰ ਵਾਲਿਆਂ ਨੂੰ ਕਿੱਥੋਂ ਲਵਾ ਕੇ ਦੇਣੇ ਤੁਸੀਂ ਕਹਿੰਦੇ ਕਿ ਆਪਣੀ ਘਰ ਵਾਲੀ ਤੋਂ ਕੰਮ ਨਹੀਂ ਕਰਾਉਣਾ ਮੈਂ ਨਾ ਮੈਂ ਤਾਂ ਇੱਕ ਦਿਨ ਨਹੀਂ ਗਿਆ ਕਿਉਂ ਮੈਂ ਵੀਡੀਓ ਚ ਦੇਖਿਆ ਸਾਡੀਆਂ ਰੰਨਾ ਆਣੀਆਂ ਸੀ ਉਹਨਾਂ ਤੋਂ ਕੰਮ ਨਹੀਂ ਕਰਾਉਣਾ ਹੈਗਾ ਕੌਣ ਕਹਿੰਦਾ ਉਹ ਮੈਂ ਹੀ ਕਿਹਾ ਸੀਗਾ ਕੀ ਕਹ ਲੈ ਅਗਲੀ ਵਿਚਾਰੀ ਹੁਣ ਆਪਣੇ ਇੱਧਰ ਦੇ ਕੋਮਲ ਹੱਥਾਂ ਦਾ ਕੰਮ ਕਰੂਗੀ ਚੰਗੀ ਗੱਲ ਹੈ ਆਹ 에ਰੀ ਘਰ ਵਾਲੀ ਕਰਿਆ ਕਰੂਗੀ ਕਰੂਗੀ ਮੈਂ ਕਰਾਉਣਾ ਨਹੀਂ ਕਰੋਨਾ ਨਹੀਂ ਫਿਰ ਕੀ ਕਰਨਾ ਪੂਜਣਾ ਨੂੰ ਆਰਤੀ ਉਤਾਰਨੀ ਉਹਨਾਂ ਦੀ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਹੱਲੇ ਵਿਆਹ ਨਹੀਂ ਕਰਾਉਣਾ ਮੈਂ ਕਿਹਦੇ ਕਰੇ ਕੰਮ ਨਹੀਂ ਨਾਲ ਇੱਕ ਚੀਜ਼ ਹੋਰ ਨਾਲ ਹੈ ਨਾ ਗੋਹਾਕੂੜਾ ਕੂੜਾ ਕਰਦੇ ਹੋਏ ਅਸੀਂ ਗੋਪੀ ਨੂੰ ਦੇਖਿਆ ਮਨਨ ਨੂੰ ਨਹੀਂ ਦੇਖਿਆ ਇਹ ਪਤਾ ਕੀ ਗੱਲ ਹੈ ਇਹ ਵੀਡੀਓ ਦੇ ਵਿੱਚ ਆਇਆ ਹੈ ਕੰਮ ਦਾ ਸਾਰਾ ਮੈਂ ਹੀ ਕਰਦਾ ਆ। ਅੱਛਾ ਗੱਟੇ ਦਿਖਾਵਾਂ ਆਂ ਦੇ। ਹੱਲੇ ਵੀ ਆਉਂਦੇ। ਕਾਲੇ ਗੋਹੇ ਲੱਗੇ ਆ। ਦਿਖਾਓ ਦਿਖਾਓ ਗੋਹੇ ਲੱਗੇ ਆ ਗੱਟੇ। ਮੈਂ ਦੋ ਮੈਂ ਕਾਲੇ ਗੱਟੇ ਆ। ਮੈਂ ਮੰਮੀ ਨੂੰ ਫੋਨ ਲਾ ਕੇ ਹੁਣੇ ਗੱਲ ਪਛਾ ਸਕਦਾ। ਲੈ 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 ਇੱਕ ਮੈਂ ਲਾ। ਆ ਹੁਣੇ ਹੁਣੇ ਲਾਉਣਾ। ਮੈਂ ਲਾਉਣਾ। ਉਹਨੇ ਕਹਿੰਦਾ ਬੇਵੜੇ ਦਾ ਫੋਨ ਆ ਗਿਆ। ਇੱਕ ਮਿੰਟ। ਆ ਕੀ ਲੈ ਕੇ ਆਇਆ? ਆ ਹੁਣੇ ਪੁੱਛਣ। ਹਾ ਦਾ ਯਾਰ। ਨਾਏ ਭਰਾਵਾ ਨੂੰ ਫੋਨ ਲਾ ਕੇ ਬੈਠਾ। ਬੈਠਾ ਯਾਰ ਨਾਨਕੇ ਵਾਲਿਆਂ ਨੇ ਭਰਾਵਾ ਆਪਣੇ ਨੂੰ। ਕੋਲ ਨਾ ਭਰਾਵਾਂ ਨੂੰ ਰਾਜਾ ਤੁਸੀਂ ਮੇਰੇ ਭਰਾਵਾ ਤੱਕ ਆ ਗਿਆ ਆ ਗਿਆ ਅੱਛਾ ਹੈ ਹੈਲੋ ਫੋਨ ਕਾ ਕੇ ਕੱਟੀ ਜਾਂਦੇ ਮੇਰਾ ਅੱਛਾ ਮੇਰੀ ਗਾਸਾ ਮੈਂ ਕਹ ਮੇਰੀ ਗਾਸਾ ਨੂੰ ਮਨੀ ਬੋਲਦਾ ਅਮਾ ਜੀ ਓਏ ਇੱਥੇ ਖਬਰਾਂ ਵਾਲੇ ਕਹਿੰਦੇ ਕਿ ਕੰਮ ਕੱਲਾ ਗੋਪੀ ਕਰਦਾ ਆ ਗੋਪੀ ਕਰਦਾ ਪਰ ਤੂੰ ਕੀ ਕਰਦਾ ਜਦੋਂ ਬਾਬੇ ਦੇ ਗਿਆ ਸੀਗਾ ਉਦੋਂ ਉਹ ਤਾਂ ਤੂੰ ਕੀਤਾ ਹੋਰ ਕਹਨੇ ਕੀਤਾ ਤੂੰ ਥੱਪੜ ਨਾ ਖਾਈ ਮੈਂ ਤਾਂ ਤੂੰ ਤਾਂ ਹੱਥ ਵੀ ਨਹੀਂ ਲਾਇਆ ਉੱਧਰ ਜਾ ਕੇ ਬੱਸ ਕਰੋ ਅਮਾ ਚਲੋ ਠੀਕ ਹੈ ਕਰਾਤੀ ਬੇਇੱਜ਼ਤੀ ਫੇ ਮੈਂ ਸੱਚੇ ਦੱਸ ਦਿੰਦਾ ਮਮਾ ਇੱਥੇ ਰਹਿੰਦਾ ਸੂਨੇ ਦੇ ਨਾ ਮੈਂ ਚਪੇੜ ਮਾਂ ਨਹੀਂ ਜਾਂ ਮੇਰੇ ਭਰਾ ਮਾਂ ਤੇ ਗਿਆ ਨਹੀਂ ਮੈਂ ਦੱਸ ਦਿੰਦਾ ਫੇਰ ਸ਼ਾਮ ਨੂੰ ਪਾਈਆ ਮੈਂ ਹੀ ਪੜਾਉਂਦਾ ਹੁੰਦਾ ਸੀ ਉਹਨੂੰ ਤੂੰ ਜੁੱਤੀਆਂ ਹਟੋ ਕਹ ਰਹਾ ਇੱਕ ਵਾਰ ਤੇ ਹਾਲ ਦੇ ਕੀ ਮੈਂ ਕੀ ਕਰੀ ਤੁਸੀਂ ਤਾਂ ਮੇਰੀ ਬੇਇੱਜ਼ਤੀ ਕਰਦੀ ਇੱਥੇ ਮਮਾ ਜੀ ਮਮਾ ਜੀ ਮਮਾ ਜੀ ਬੇਇੱਜ਼ਤੀ ਨਹੀਂ ਕਰਦਾ ਮਮਾ ਜੀ ਮਮਾ ਜੀ ਮਮਾ ਜੀ ਇਹ ਕੁੱਤੇ ਦਾ ਹੱਡਿਆ ਮਮਾ ਜੀ ਗੋਪੀ ਬੋਲਦਾ ਹਾਂ ਹਾਂ ਸੁਣਦਾ ਹੀ ਆ ਮੈਨੂੰ ਆਪਣੇ ਜੰਮਿਆਂ ਦਾ ਨਹੀਂ ਪਤਾ ਅੱਛਾ ਆਰਾਮ ਦਿਓ ਨਹੀਂ ਮੇਰੀ ਗੱਲ ਸੁਣੋ ਕੰਮ ਫੇ ਕੋਣ ਕਰਦਾ ਹੁੰਦਾ ਸੀ ਕੰਮ ਸੱਚ ਕੌਣ ਕੌਣ ਕਰਦਾ ਗੋਪੀ ਝੋਨਾ ਕੌਣ ਸਾੰਮਦਾ ਗੋਪੀ ਆਪਣੀਰੀ ਰੋ ਤੇ ਪਾਣੀ ਗਿੱਲਾ ਕਰਿਆ ਆ ਲੰਬੜਾਂ ਦੇ ਛੱਡਿਆ ਆ ਹਰਾਮ ਦੇ ਉਹ ਬੰਨੀਤੀ ਆ ਕੇ ਕਹਿੰਦੇ ਯੋਰੀ ਯੋ ਨਾ ਯੋ ਫੁੰਦਾ ਆ ਕਰੋ ਯਾਰ ਅੱਛਾ ਰੱਬਾ ਸੱਚੀ ਗੱਲ ਲੈ ਵਸ ਨਾ ਤੁਹਾਡਾ ਤਾਂ ਕਹਿੰਦੇ ਨੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਘਰ ਦੇ ਵਿੱਚ ਬਿਗ ਬੌਸ ਹੋਣਾ ਚਾਹੀਦਾ ਕੈਮਰੇ ਲਗਾ ਦਿੱਤੇ ਨੇ ਚਾਹੀਦੇ ਤੇ ਭਾਈ ਨੂੰ ਭਾਜੀ ਨੂੰ ਭੇਜਣਾ ਬਿਗ ਬੌਸ ਸਲਮਾਨ ਖਾਨ ਨਾਲ ਕਰਦੇ ਆ ਗੱਲ ਤੇ ਬਾਈ ਨੂੰ ਭੇਜਦੇ ਆ ਮੰਮੀ ਦਾ ਫੇਰ ਫੋਨ ਆ ਗਿਆ ਲੱਗਦਾ ਮੰਮੀ ਯਾਰ ਹੁਣ ਸਪੀਕਰ ਹਾਂ ਹੁਣ ਆਵਾਂਗੇ ਬੋਲੀਂ ਕਰੇ ਸਪੀਕਰ ਓ ਇੱਥੇ ਆਂ ਉੱਪਰੇ ਉੱਪਰੇ ਬੈਠੇ ਉੱਪਰੇ ਅੰਮਾ ਜੀ ਝੂਠ ਬੋਲਦਾ ਲੁਧਿਆਣੇ ਆ ਅਸੀਂ ਖਬਰਾਂ ਵਾਲੇ ਤੇ ਕਰਦੇ ਸਾਨੂੰ ਰੋਕ ਕਿਹੜੇ ਖਬਰਾਂ ਵਾਲੇ ਨੇ ਉਹ ਖੇਤੀਬਾੜੀ ਵਿਕਾਸ ਦਾ ਆ ਮੜਾ ਜਾ ਦੱਸਣਾ ਮੋਰੇ ਹੁਣ ਝੋਨਾ ਕਿੰਨੀ ਨੂੰ ਲੱਗਣਾ ਕਿੰਨੀ ਨੂੰ ਨਹੀਂ ਲੱਗਣਾ ਹੈ ਕਿੱਦਾਂ ਕਿੱਦਾਂ ਜੀ ਰਗਾ ਫਿਰ ਪੁੱਛ ਕੇ ਆਹੀਂ ਆਹੋ ਵੀ ਕਿਹੜਾ ਲਾਈਏ ਐਤ ਕੀ ਉਹ ਕਹਿੰਦੇ ਇੱਕ ਦੀ ਝਾੜ ਵੀ ਵਧੀਆ ਹੋ ਸਕਦਾ ਆ ਕਿ ਪੈਸੇ ਜ਼ਿਆਦੇ ਮਿਲ ਸਕਦੇ ਆ ਅੱਗੇ ਜਿੱਦਾਂ 80k ਮਿਲਦੇ ਆ ਕਹਿੰਦਾ 1,20,25k ਰੁਪਇਆ ਬਣੂਗਾ ਤੁਹਾਡਾ ਪੁੱਛ ਲਈਏ ਕਿ ਰਹਿਣ ਦੀ ਇੱਕ ਖੇਤ ਦਾ ਹਾਂ ਪੁੱਛੀਏ ਕਿ ਰਹਿਣ ਦੀ ਏ ਪਹੁੰਚ ਕੇ ਆਇਓ ਦੇਖਿਆ ਆ ਲਾਂਚ ਦੇਖਿਆ ਮਾਰਦਾ ਫਿਰ ਚੰਗਾ ਉਹਦੇ ਕਹੇ ਸਿੱਧੀ ਬੋਰੀ ਭਰਾ ਦੀ ਨਿਕਲ ਜੂਗੀ ਉਧਰ ਨੂੰ ਹੋਏ ਮਮਾ ਮਮਾ ਮੈਂ ਨਾ ਇਹ ਮਤਲਬ ਤੁਹਾਡੇ ਮਮਾ ਸ਼ੁਰੂ ਤੋਂ ਤੁਹਾਨੂੰ ਐਂਦੀ ਬੋਲਦੇ ਨੇ ਜਿਵੇਂ ਇੱਥੇ ਸਾਡੇ ਹੁੰਦੇ ਨਾ ਬੇਟਾ ਨਹੀਂ ਇਹ ਸਾਡੇ ਤੁਹਾਡੇ ਇੱਥੇ ਗਾਲ ਗੱਗ ਜਿਦਾ ਮਤਲਬ ਗਾਲਾਂ ਵੀ ਪਲੂਟਲੀ ਨਹੀਂ ਘੜਦੇ ਹੋਣੇ ਨਾ ਓਏ ਫੇਟਾ ਤੁਸੀਂ ਕੀ ਕਰ ਰਹੇ ਹੋ ਸਾਡੇ ਦਾ ਇਹ ਨਹੀਂ ਗੱਲ ਸੱਚੀ ਆ ਤੁਹਾਡੇ ਫੇਸ ਦਾ ਕਹਿੰਦੇ ਨਹੀਂ ਖਾ ਲਿਆ ਤੁਸੀਂ ਇਦਾਂ ਕਹਿੰਦੇ ਨਹੀਂ ਖਾ ਲਈ ਜੇ ਆ ਸਾਡਾ ਜਿਵੇਂ ਅਸੀਂ ਖਾ ਲਿਆ ਕੀ ਦਾ ਹਾਂ ਸਾਡੇ ਵੀ ਨਹੀਂ ਖਾ ਲਿਆ ਖਾ ਲਈ ਨਹੀਂ ਉਹ ਜ਼ਿਆਦਾ ਹੀ ਹੋ ਜਾਂਦਾ ਅੱਜ ਕੱਲ ਤਾਂ ਮਤਲਬ ਕਿਸੇ ਨੂੰ ਹੱਥ ਪਾ ਦਾ ਮਮਾ ਪਾਪਾ ਵੀ ਕਰਦੇ ਹੋਣੇ ਬਾ ਡਾੜੀ ਬਾਪੂ ਆਈ ਗਈ ਦਾ ਮੰਮੀ ਇਹ ਅਸੀਂ ਮੇਰੇ ਕੀ ਹੋ ਗਿਆ ਨਹੀਂ ਨਹੀਂ ਹੁਣ ਥੋੜਾ ਹੁਣ ਤੁਸੀਂ ਦੇਖੋ ਤੁਸੀਂ ਹੁਣ ਜਿੱਦਾਂ ਮਤਲਬ ਤੁਹਾਡੇ ਇਦਾਂ ਨਿਆਣੇ ਨੂੰ ਡਾਂਟੂਗੇ ਇਦਾਂ ਕਹਿ ਦਿੰਦੇ ਆ ਮੈਂ ਬਹੁਤ ਕੁੱਟ ਖਾਧੀ ਛੋਟੇ ਹੁੰਦੇ ਮੈਂ ਮੈਂ ਜ਼ਿਆਦਾ ਥੋੜੀ ਤੁਸੀਂ ਪਤਾ ਕਿਤੇ ਮੈਂ ਤੇਰੀ ਚਾਂਟਾ ਲਗਾਣਾ ਆ ਹਟ ਜਾ ਹਾਂ ਸਾਡੇ ਵੇਲੇ ਹਟ ਜਾ ਚਪੇੜ ਮਾਰੂ ਚਾਰ ਦਿਨ ਘੁੰਮਦੇ ਨੂੰ ਲੱਗ ਜੂਗੇ ਤੈਨੂੰ ਸਾਡੀ ਬੇਬੇ ਇਦਾਂ ਕਹਿੰਦੀ ਆ ਸਾਨੂੰ ਤੈਨੂੰ ਹੀ ਸਾਨੂੰ ਮੈਨੂੰ ਬਹੁਤ ਕੁੱਟ ਪਈ ਮੇਰੇ ਸਕੂਲ ਦੇ ਵਿੱਚ ਪੇਰੈਂਟਸ ਮੀਟਿੰਗ ਹੁੰਦੀ ਸੀ ਨਾ ਜਦੋਂ ਤਾਂ ਮੇਰੇ ਭਰਾ ਨੂੰ ਤਾਂ ਕਹਿਣਾ ਕਿ ਤਨ ਨਲਾਇਕ ਮੈਂ ਸ਼ਰਾਰਤਾਂ ਬੋ ਹੁਣ ਵੀ ਮੈਂ ਬਹੁਤ ਸ਼ਰਾਰਤਾਂ ਕਰਦੀ ਆ ਬਹੁਤ ਸ਼ਰਾਰਤੀ ਮੈਨੂੰ ਕੁਝ ਨਹੀਂ ਆਇਆ ਹੁੰਦਾ ਕਿ ਕੌਣ ਬੈਠਾ ਕੌਣ ਨਹੀਂ ਮੈਂ ਆਪਣੀ ਸ਼ਰਾਰਤ ਜੀ ਨਾ ਜਿਹੜੀ ਕਰ ਹੀ ਦੇਣੀ ਜਿੱਤੇ ਕਰਕੇ ਮੈਨੂੰ ਡਾਂਟ ਪੈਂਦੀ ਸੀ ਹੁਣ ਤਾਂ ਫਿਰ ਡਾਂਟ ਪੈਂਦੀ ਛੋਟੇ ਹੁੰਦੇ ਮੈਨੂੰ ਬਹੁਤ ਕੱਟ ਪੈਂਦੀ ਸੀ ਮੈਨੂੰ ਸਕੂਲੋਂ ਵੀ ਕੱਟ ਪੈਣੀ ਤੇ ਮੈਨੂੰ ਘਰੋਂ ਵੀ ਕੱਟ ਪੈਣੀ ਪਾਪਾ ਨਹੀਂ ਸੀ ਮੇਰੇ ਕੁਝ ਕਹਿੰਦੇ ਮੇਰੇ ਕੁੱਟੇ ਖਾਂਦੇ ਰਿਆਂ ساری ਜ਼ਿੰਦਗੀ ਵੇਹਾਲ ਤੁਸੀਂ ਜਿਆਦਾ ਖਾਂਦੇ ਆ ਤੇ ਸਾਡੇ ਵਰਗੇ ਤਾਂ ਕੀ ਹਾਲ ਸਾਡੇ ਘਰ ਤਾਂ ਅੱਦਾ ਪਈ ਕਦੀ ਉਹ ਬਾਈਪਰ ਚੱਕ ਲਿਆ ਤੇ ਤੇਰੀ ਦੇ ਜਿੱਥੇ ਪੈਂਦਾ ਫਿਰ ਤੁਸੀਂ ਤੁਹਾਡੇ ਵੇ ਤੇ ਵੀ ਚਾਂਟਾ ਪੈਂਦਾ ਹੋਣਾ ਹਣਾ ਸਾਡੇ ਸਾਡੇ ਦਾ ਮੰਮੀ ਆ ਨਾ ਬਾਈਪਰ ਜਿਹੜਾ ਹੁੰਦਾ ਨਹੀਂ ਉਹ ਪਾਣੀ ਖਿੱਚਣ ਵਾਲਾ ਉਹੋ ਜਾਂ ਕੋਈ ਸੂਟੀ ਜਾਂ ਗੁੱਦੇ ਹੀ ਝਾੜੂ ਵੇਲਣਾ ਝਾੜੂ ਤੇ ਤੇਰੀ ਦੇ ਜਿੱਥੇ ਪੈਂਦਾ ਮੇਰੇ ਮੈਨੂੰ ਮੇਰੇ ਨਾ ਟੁੱਟ ਜਾਣੇ ਵਿੰਗੇ ਹੋ ਜਾਣੇ ਮੇਰੇ ਭਰਾ ਜਦੋਂ ਹੋਇਆ ਪਤਾ ਇਹਨਾਂ ਤੇ ਕਿਹੜੀ ਸੱਟ ਲੱਗਦੀ ਆ ਹਣਾ ਤੇ ਇਹ ਡੇ ਡੇ ਹੈਗੇ ਇਹਨਾਂ ਨੂੰ ਕਿਹੜਾ ਕੋਈ ਵਾਰਕਾ ਉਹ ਉਹ ਵਿਚਾਰਾ ਹੁੰਦਾ ਵੀ ਇੱਕ ਨਾਜ਼ੁਕ ਜਿਹਾ ਉਹ ਛੇਤੀ ਐ ਹੋ ਜਾਂਦਾ ਆ ਤੁਹਾਨੂੰ ਬਸ 100 ਵਾਲਾ ਤਾਂ ਬਾਈ ਭਰੇ ਓਏ ਓਏ ਵਜਾ ਮੈਨੂੰ ਇਹ ਆ ਕਿ ਮੈਂ ਤਾਂ ਵਾਈਪਰ ਤੋੜ ਬੈਠੀ ਦਾ ਲੈਣਾ ਜਿਹੜਾ ਵਾਈਪਰ ਟੁੱਟ ਜਾਣਾ ਉਹਨੂੰ ਡੰਡਾ ਲਾ ਕੇ ਰੱਸੀਆਂ ਬੰਨ ਕੇ ਫੇ ਨਵਾਂ ਖੋੜੀ ਲੈਣਾ ਸਾਡੇ ਕੋ ਉਹ ਵੀ ਆ ਕਿ ਉਹਨੂੰ ਇੰਜੀਨੀਅਰਿੰਗ ਮਤਲਬ ਪਿੰਡਾਂ ਵਾਲੇ ਜ਼ਿਆਦੇ ਆ ਇੰਜੀਨੀਅਰਾਂ ਨੇ ਕਹਿੰਦੇ ਹੁੰਦੇ ਕੀ ਇੰਜੀਨੀਅਰ ਬਾਰੇ ਹਾਂ ਉਹ ਅਸੀਂ ਪਿੰਡਾਂ ਵਾਲੇ ਜ਼ਿਆਦਾ ਐਕਸਪੀਰੀਅੰਸ ਹੁੰਦਾ ਉਹ ਉਹ ਐਕਸਪੀਰੀਅੰਸ ਹੋཅੀ ਦਾ ਹੁੰਦਾ ਕਿ ਸਾਨੂੰ ਇੰਜੀਨੀਅਰ ਅਸੀਂ ਆਪਣੀ ਕਾਂਡ ਆਪ ਕੱਢ ਦੇਈ ਦੀਆ ਹੂੰ ਉਹ ਸਾਡੇ ਤੁਸੀਂ ਆ ਕੇ ਦੇਖੋ ਤਾਂ ਅਸੀਂ 25 25 30 30 ਟਰਾਲੀਆਂ ਅਸੀਂ ਆ ਇੰਨੀ ਕਿ ਜਗ੍ਹਾ ਤੇ ਕਰ ਲੈਣੀ ਆ ਤੁਸੀਂ ਤਾਂ ਉਦਾਂ ਆ ਬੂਫਲ ਬੂਟੇ ਲਾਏ ਆ ਇਹਦੇ ਤੇ ਕੱਪ ਬਣਾ ਦਈਏ ਇੰਨੀ ਕਿ ਜਗ੍ਹਾ ਤੇ ਦੇਖ ਲਓ 25 30 ਟਰਾਲੀਆਂ ਮੂੰਹ ਨਾ ਕਹਿਣਾ 7 ਕੁਵਾਂਟਲ ਇੱਕ ਜੀ ਹੁੰਦੀ ਆ ਲਾਲੋ ਹਿਸਾਬ ਕਿ ਕਿੱਕਰੀ ਵਜ ਰਹੀ ਆ ਕਿ ਇੰਨੀ ਜ਼ਮੀਨ ਹੈਗੀ ਸਾਡੇ ਕੋਲ ਫੋਕਰੀ ਥੋੜੀ ਜ਼ਮੀਨ ਲੈ ਹੱਥ ਦੇ ਆਲਾ ਤੂੜੀ ਦਾ ਹੀ ਨਹੀਂ ਮਜ਼ਾ ਨਹੀਂ ਮੈਨੂੰ ਤੂੜੀ ਦਾ ਮਜ਼ਾ ਆ ਜ਼ਮੀਨ ਹੋਰ ਹੁੰਦੀ ਤੂੜੀ ਹੋਰ ਹੁੰਦੀ ਆਹੀ ਫਰਕ ਤੁਸੀਂ ਕੀਆ ਨਹੀਂ ਇੱਕ ਮਿੰਟ ਤੁਸੀਂ ਕੀਆ ਨਹੀਂ ਤੁਸੀਂ ਕੀਆ ਨਹੀਂ ਕਿ ਇੰਨੀ ਕੁ ਸਿਰਫ ਅਸੀਂ ਤਾਂ ਇੰਨੀ ਕੁ ਜਗ੍ਹਾ 'ਚ ਸਿਰਫ ਤੂੜੀ ਹੋਈ ਉਹ ਕਰ ਲਈਏ ਮਤਲਬ ਤੁਹਾਡੇ ਕੋਲ ਜ਼ਮੀਨ ਬਾਤ ਦਾ ਮੇਰਾ ਕਹਿਣ ਤੇ ਨਹੀਂ ਦੇਢ ਖੱਤਾ ਆ ਯਾਨੀ ਇੰਨੀ ਕੋ ਓ ਹੈਲੋ ਪੰਜਾਬ ਨੂੰ ਜਿਹੜੇ ਕੋਈ ਰਸਤਾ ਵੀ ਨਹੀਂ ਹਣਾ ਚੱਜ ਨਾ ਦੱਸ ਚਾਰ ਕੱਤੇ ਆਉਦੇ ਜਾਣੀ ਮਤਲਬ ਇੰਨੀ ਜਗ੍ਹਾ ਕਹਿ ਲਓਗੀ ਜੇ ਕੱਪ ਦਾ ਬੰਨਣਾ ਹੀ ਆ ਕਿਤੇ ਦਾ ਤੂੜੀ ਸਟੋਰ ਗਾ ਨਹੀਂ ਕੱਟ ਕਰਦੇ ਆ ਚਾਰ ਖੱਤੇ ਆ ਜੀ ਐਵੇਂ ਨਾ ਕੋਈ ਰਸਤਾ ਮੋੜ ਜਾਵੇ ਮੇਰੇ ਭਰਾ ਨੂੰ ਡੇਢ ਡੂੜ ਕ ਮਾਰੂ ਕੰਮ ਤੇ ਇੱਕ ਚਾਰ ਖੱਤੇ ਮਤਲਬ ਕਿੱਲੇ ਹਾਂ ਚਾਰ ਕਿੱਲੇ ਕਿੱਲੇ ਦੋ ਇਹਦੇ ਦਊਂਗੇ ਰੇ ਇਹ ਜਾਵੇ ਦੇ ਵੀ ਸਕਦਾ ਮੈਨੂੰ ਤੂੰ ਨਹੀਂ ਜਾ ਸਕਦਾ ਹੈਗਾ ਇਹਨੂੰ ਦੇਣਾ ਆਓ ਉਹੀ ਵੇ ਉਧਰ ਗੋਪ ਦੇਆ ਛੜੇ ਤਾਇਏ ਦੀ ਰੋਟੀ ਇਹ ਤਾਂ ਮੇਤ ਲੱਗਿਆ ਇਹ ਕਹਿੰਦਾ ਮੈਂ ਛੜਾ ਰਹਿਣਾ ਇਹਦਾ ਵਿਆਹ ਕਰਾ ਲੈ ਨੀ ਬੇਤ ਲੱਗੀ ਆ ਉਹ ਅੱਜ ਮੂਰੇ ਆ ਗਿਆ ਇਹ ਕਹਿੰਦਾ ਮੈਂ ਛੜਾ ਰਹਿਣਾ ਚਾਰ ਦੇ ਚਾਰ ਤੋੜਦਾ ਹੀ ਹੈ ਫਿਰ ਛੜੇ ਨੂੰ ਤਾਂ ਹੀ ਰੋਟੀ ਦੇਣੀ ਨਾ 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 ਰੱਬ ਦਾ ਕੋਈ ਨਹੀਂ ਪਤਾ ਸਲਿੱਪ ਡੋਰ ਆ ਆਖੀ ਫਿਰ ਇਹ ਯਾਰ ਕੇ ਪਤਾ ਕੀ ਕਰਦਾ ਨੇ ਛੜੇ ਜਦੋਂ ਹੋ ਜਾਂਦੇ ਆ 50 ਤੋਂ ਬਾਹਰ ਫਿਰ ਦੇ ਦਿੰਦੇ ਆ ਕੋਈ ਲਿਆ ਦੋ ਕੋਈ ਹੈਗੀ ਨਾ ਉਧਰੋਂ ਹੀ ਲਿਆ ਲੈ ਉਹਦੇ ਫਿਰ ਇਹ ਕਹਿੰਦੇ ਕੋਈ ਜੁਪੀ ਵੱਲੋਂ ਲੈ ਆਈ ਐ ਇੱਧਰ ਲੈ ਆਈ ਐ ਫਿਰ ਅੱਧਾ ਦੋ ਦਿੰਦੇ ਆ ਇਹ ਤਾਂ ਡਿਸ਼ੇਰੋ ਸ਼ਾਇਰੀ ਵੀ ਸੁਣੀ ਮੈਨੂੰ ਲੱਗਦਾ ਮੈਨੂੰ ਹੁਣ ਬਸ ਕਰ ਦੇਣੀ ਚਾਹੀਦੀ ਇੰਟਰਵਿਊ ਨੂੰ ਪਰ ਮੈਂ ਸ਼ੇਰੋ ਸ਼ਾਇਰੀ ਵੀ ਸੁਣੀ ਕਿਉਂਕਿ ਕਲਿੱਪਾਂ ਵੀ ਪਾਣੀਆਂ ਹੁੰਦੀਆਂ ਹਨਾ ਅਸੀਂ ਤਾਂ ਤੁਸੀਂ ਪਲੀਜ਼ ਸਾਨੂੰ ਆਪਣੀ ਕੁਝ ਸ਼ੇਰੋ ਸ਼ਾਇਰੀ ਦੱਸ ਸਕਦੇ ਜੀ ਅ ਮੈਂ ਇੱਕ ਸ਼ਾਇਰੀ ਗਾਈ ਸੀਗੀ ਛੋਟੀ ਜਿਹੀ ਛੋਟੀ ਜਿਹੀ ਤੇ ਕਹਿੰਦਾ ਦਿਲਾਂ ਬਿਆਹ ਨਾ ਕਰਾਂ ਇਹ ਬਾਹਰ ਜਾ ਕੇ ਚੈਲੈਂਜਰਾਂ ਤੇ ਮਰ ਜਾਂਦੀਆਂ ਨੇ ਇਹ ਬਾਹਰ ਜਾ ਕੇ ਚੈਲੈਂਜਰਾਂ ਤੇ ਮਰ ਜਾਂਦੀਆਂ ਨੇ ਕੀ ਬਾਤ ਹੈ ਕੀ ਬਾਤ ਹੈ ਤਾਂ ਹੀ ਨੀ ਵਿਆਹ ਕਰਾਂਦੇ ਮੈਂ ਕਰਾਵਾਂਗੇ ਬਿਆ ਜਰੂਰੀ ਜਿਹੜੇ ਲੈ ਲੈਣੀ ਜੇ ਤੇ ਮਰੂਗੀ ਜਾ ਕੇ ਉਹੀ ਲੈ ਲੈਣੀ ਆ ਗਿਆ ਨਾ ਕੰਮੇ ਨਵੇਡ ਨਾ ਲੈਣੀ ਚੈਲੈਂਜਰ ਆਉਂ ਨਹੀਂ ਲੈਣੇ ਸਹੀ ਤੁਸੀਂ ਤੁਸੀਂ ਕੁਝ ਲਿਖ ਦਿਓ ਮੈਨੂੰ ਹਿੰਦੀ ਜੇ ਛੋਟਾ ਜਿਹਾ ਆਉਂਦਾ ਛੋਟਾ ਜਿਹਾ ਮੈਂ ਜਿੱਦਾਂ ਮਤਲਬ ਹੈ ਨਾ ਇਹ ਕਿਦਾ ਗਾਣਾ ਸੁਣਵਾਈ ਫਿਰ ਉੱਥੋਂ ਨਹੀਂ ਚੇਤਾ ਆ ਵਾ ਹੈ ਆ ਤੁਸੀਂ ਸੁਣ ਲਾ ਪਾਣਾ ਕਹਿੰਦਾ ਹਿੰਦੀ ਆਲੋ ਹੋ ਗਿਆ ਨਹੀਂ ਹੱਸਦੇ ਨਹੀਂ ਹੱਸਦੇ ਛੋਟਾ ਜਿਹਾ ਕਹਿੰਦਾ ਜਿਨ ਕੇ ਇਸ਼ਕ ਮੇਂ ਹਮਨੇ ਸਭ ਕੁਝ ਲੀਲਾਮ ਕੀਆ ਆਖਿਰ ਮੇਂ ਕਿਉਂਨ ਕੀ ਮਹਿਫਲ ਨੇ ਹਮ ਕੋ ਬਦਨਾਮ ਕੀਆ ਲਾਇਆ ਆデア ਯਾਰ ਸਾਡੇ ਜਜਵਾਤ ਲਿਖਿਓ ਸੀ ਇਹਦੇ ਵਿੱਚ ਹਾਂ ਦਾ ਹਰ ਪਾਸੇ ਤੇਰਾ ਆਹੀ ਜਜ਼ਵਾਦ ਲੋਕ ਨਵਾਂ ਜਾਂ ਵੀ ਕੱਢ ਗੋਜੋ ਨਮਈਆ ਨਮਾ ਇੱਕ ਹੋ ਰਿਹਾ ਉਹ ਮੈਂ ਆਪਣੇ ਇੰਸਟੀਟਿਊਟ ਸੁਣਾਇਆ ਸੀ ਹਣੋ ਭਾਜੀ ਨੇ ਅਸਲ ਪੜਾ ਉਹ ਲੜ ਗਏ ਮੇਰੇ ਨਾਲ ਹੀ ਹੁੰਦਾ ਹੈ ਨਾ ਤੇ ਕਹਿੰਦਾ ਤੁਰਿਆ ਜਾਂਦਾ ਸੀ ਸੇਵਿਆਂ ਦੇ ਰਾਹ ਵੱਲ ਨੂੰ ਤੂੰ ਬਾਹ ਫੜ ਕੇ ਰੋਕ ਲਿਆ ਕੀ ਹੋ ਗਈ ਗਲਤੀ ਸਾ ਤੋਂ ਜਿਹੜਾ ਹੁਣ ਤੂੰ ਮੁੱਖ ਮੋੜ ਲਿਆ ਜੇ ਮਾਰਨਾ ਹੀ ਸੀ ਇਦਾਂ ਵੈਰ ਨੇ ਫਿਰ ਪਹਿਲਾਂ ਦੱਸ ਕਿਉਂ ਰੋਕ ਲਿਆ ਕਵਾ ਦਾ ਬੋਤ ਜ਼ਿਆਦਾ ਸੋਹਣਾ ਐ ਜਦੋਂ ਇਹ ਜਿਹੇ ਗੱਲਾਂ ਲੱਗਦੇ ਤਾਂ ਹਲਾ ਤੱਕ ਦੋ ਬੰਦੇ ਐ ਕੋਈ ਇੱਕ ਗੋਪੀ ਹੋਰ ਐ ਇੱਕ ਗੋਪੀ ਹੋਰ ਐ ਐਦਾ ਕਿਉਂ ਜਿਹੜਾ ਅੰਦਰ ਵਾਲਾ ਗੋਪੀ ਆ ਉਹ 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 ਬਿਰਲਾ ਹੀ ਆਊਗਾ ਜਿਹੜਾ ਸਾਫ਼ ਦਿਲ ਦਾ ਆਪ ਹੋਊਗਾ ਕਿਉਂਕਿ ਮੈਂ ਮੈਂ ਮੇਰਾ ਇਹ ਆ ਸ਼ੁਰੂ ਤੋਂ ਕੀ ਮੈਂ ਝੂਠ ਬੋਲ ਕੇ ਹਾਰਨਾ ਜਿੱਦਾਂ ਮਤਲਬ ਕਹਿੰਦੇ ਹੁੰਦੇ ਆ ਜਿੱਤਣਾ ਪਸੰਦ ਨਹੀਂ ਕਰਦਾ ਸੱਚ ਬੋਲ ਕੇ ਹਾਂ ਨਾ ਮਨਜ਼ੂਰ ਆ ਮੈਨੂੰ ਚਾਹੇ ਜੋ ਮਰਜ਼ੀਓ ਚਾਹੇ ਉਹ ਕਿਸੇ ਦੇ ਰਿਲੇਸ਼ਨ ਚ ਹੋਵੇ ਚਾਹੇ ਜੋ ਮਰਜ਼ੀ ਮੈਂ ਅਗਲੇ ਨੂੰ ਸੱਚ ਦੱਸੂਗਾ ਬਈ ਆ ਕੋਈ ਗੱਲ ਹੈ ਜੇ ਤੁਹਾਨੂੰ ਠੀਕ ਹੈ ਚੰਗਾ ਲੱਗਦਾ ਠੀਕ ਹੈ ਨਹੀਂ ਤਾਂ ਨਹੀਂ ਹੈਨਾ ਜਿਹੜੀਆਂ ਅਸੀਂ ਰੀਲ ਪਾਉਨੇ ਆ ਲੇਨ ਚ ਸਾਨੂੰ ਪਾਉਣ ਵਾਲੇ ਹੈਰੀ ਸ਼ੋਕਰ ਤੇ ਗੋਪੀ ਮਾਲ ਆ ਹਾਂ ਅੱਛਾ ਤੇ ਇਹ ਇਹ ਬਈ ਇੱਕ ਗੱਲ ਆ ਆਪਾਂ ਇਦਾਂ ਨਹੀਂ ਕਿ ਜਦੋਂ ਮਤਲਬ ਬਾਈ ਹੁਣਾਂ ਨੂੰ ਕਦੀ ਇਹਨਾਂ ਦੋਨਾਂ ਬਾਈ ਨੇ ਵੀ ਸਾਡਾ ਇਹਨਾਂ ਸ਼ੋਕਰ ਦੇ ਗੋਪੀ ਮਾਲ ਮੈਂ ਪਹਿਲਾਂ ਸਨੈਪਚੈਟ ਬਣਾਉਂਦਾ ਹੁੰਦਾ ਸੀ ਸਨੈਪਚੈਟ ਤੇ ਫਨੀ ਵੀਡੀਓ ਬਣਾਉਣੀ ਆ ਇੱਕ ਦੂਜੇ ਦੀਆਂ ਹੈਰੀ ਸ਼ੋਕਰ ਇੱਕ ਦਿਨ ਕਹਿੰਦਾ ਕਹਿੰਦਾ ਯਾਰ ਤੂੰ ਇਹਨੂੰ ਸੇਵ ਕਰਕੇ ਇੰਸਟਾਗ੍ਰam ਤੇ ਪਾ। ਤੇ ਮੈਂ ਪਾਈ ਫਿਰ ਉਹ ਬਹੁਤ ਚੱਲੀ। ਫਿਰ ਗੋਪੀ ਮੱਲ ਨੇ ਤੇ ਇਹਨਾਂ ਨੇ ਮੇਰੀਆਂ ਸ਼ੇਅਰ ਕੀਤੀਆਂ ਰੀਲਾਂ ਤੇ ਵਧੀਆ ਕੰਮ ਚੱਲ ਪਿਆ ਫਿਰ। ਬਾਈ ਨੇ ਬਹੁਤ ਸਪੋਰਟ ਕੀਤੀ। ਬਹੁਤ ਸਪੋਰਟ ਕੀਤੀ ਬੇ ਪਰ ਇੱਕ ਗੱਲ ਹੈਰੀ ਸ਼ੋਕਰ ਤੇ ਗੋਪੀ ਬਾਈ 'ਚ ਮਾੜੀ ਹੀ ਕੋ ਨਹੀਂ ਹੈਗੀ। ਜਿੰਨੀ ਉਹਨਾਂ ਨੇ ਸਹਿਯੋਤ ਕਰੀਓ ਉੰਨੀ ਥੋੜੀ ਆ। ਬਾਹਲੇ ਘੈਂਟ ਬੰਦੇ ਆ ਜਿੱਦਾਂ ਮਤਲਬ ਐਵੇਂ ਨਹੀਂ ਕੀ ਜਿੱਦਾਂ ਮਤਲਬ ਅਗਲੇ ਕੈਨੇਡਾ ਬੈਠੇ ਆ। ਹਾਂ ਦੇ ਬਾਈ ਦਾ। ਪਰ ਇੰਨਾ ਆ ਸਾਨੂੰ ਮੈਂ ਮੇਰੇ ਇਹੀ ਆ। ਥੋੜਾ ਮੈਨੂੰ ਹਨਾ ਇਹੀ ਆ ਕਿ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ ਹਨਾ ਅਸੀਂ ਰਾਹ ਦੇ ਲਓ ਇਸ ਗੁੱਸੇ ਚ ਜਾ ਕੇ ਵੋਟ ਵੀ ਨਹੀਂ ਪਾਈ ਵੋਟ ਨਹੀਂ ਪਾਈ ਅਸੀਂ ਵੋਟ ਨਹੀਂ ਪਾਈ ਨਾ ਮੈਂ ਇਹਨੇ ਪਾਈ ਜਿੱਦਣ ਆ ਸਾਡੇ ਐਮਪੀ ਪਰ ਵੋਟਾਂ ਸਿਗੀਆਂ ਅਸੀਂ ਵੋਟ ਨਹੀਂ ਪਾਈ ਹੈਗੀ ਇਹ ਕਹਿੰਦਾ ਵੋਟ ਨਹੀਂ ਪਾਣੀ ਮੈਂ ਕਿਹਾ ਗੋਪੀ ਚਾਹੇ ਕੁਛ ਵੀ ਹੋ ਜਵੇ ਚਾਹੇ ਆ ਸਿਰ ਲੈ ਜਾਵੇ ਆਪਾਂ ਦੋਨਾਂ ਨੇ ਵੋਟ ਨਹੀਂ ਪਾਣੀ ਘਰ ਚੋਂ ਜਿਹੜਾ ਮਰਜੀ ਵੋਟ ਪਾਇਆ ਹੋਵੇ ਆਪਣੇ ਸਾਡੇ ਘਰ ਚੋਂ ਸਾਰਿਆਂ ਨੇ ਵੋਟ ਪਾਈ ਪਰ ਅਸੀਂ ਦੋਨਾਂ ਭਰਾਵਾਂ ਨੇ ਵੀ ਭਾਈ ਉੱਥੇ ਹੀ ਖੜੇ ਘਰੇ ਰਹ ਗਏ ਨੇ ਸਾਨੂੰ ਜ਼ੋਰ ਲਾਇਆ ਕਈਆਂ ਨੇ ਲਾਇਆ ਯਾਰ ਤੁਸੀਂ ਵੋਟ ਪਾ ਬੋਟ ਪਾ ਲੈ ਸਕਦਾ ਪਰ ਝੋਕ ਨਹੀਂ ਸਕਦਾ ਦੀਪ ਸਿੱਧੂ ਬਾਈ ਨੇ ਕਿਹਾ ਸੀ ਤੇ ਆਪਾਂ ਫੇਰ ਵੀ ਉਹੀ ਆ ਕਿ ਨਹੀਂ ਭਾਈ ਜਿੱਦਾਂ ਇਨਸਾਫ ਭਾਜੀ ਨੂੰ ਮਿਲ ਗਿਆ ਹਨਾ ਉਦੋਂ ਬਾਈ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੂਗੀ ਸਾਨੂੰ ਵੀ ਜਿਸ ਦਿਨ ਮਦਰਸ ਡੇ ਸੀਗਾ ਉਸ ਦਿਨ ਮੈਂ ਸਾਰਾ ਦਿਨ ਟੀ-ਸ਼ਰਟ ਪਾ ਕੇ ਰੱਖੀ ਸੀ ਇਹ ਦੇਖੋ ਉਸ ਮਾਂ ਦਾ ਇੱਕੋ ਹੀ ਪੁੱਤ ਸੀ ਨਾ ਕੋਈ ਹੋਰ ਕੁੜੀ ਨਾ ਉਹ ਉਸ ਦਿਨ ਉਸਮਾਨ ਨੂੰ ਜੋ ਫੀਲ ਹੋਇਆ ਹੋਣਾ ਸ਼ਾਇਦ ਹੀ ਕਿਸੇ ਨੂੰ ਹੋਇਆ ਹੋਵੇ ਪਤਾ ਨਹੀਂ ਕਿੱਦਾਂ ਦੇ ਉਹਨਾਂ ਦੇ ਕਿੱਦਾਂ ਜਿਗਰਾ ਕੀਤਾ ਜਿਗਰਾ ਏਡਾ ਜਿਗਰਾ ਅੱਜ ਸਾਨੂੰ ਜਾਂਦਿਆਂ ਨੂੰ ਕੁਝ ਹੋ ਜਵੇ ਤੇ ਆਪਾਂ ਕਹਿੰਦੇ ਨਹੀਂ ਕਿ ਸਾਨੂੰ ਕੁਝ ਹੋਵੇ ਅਸੀਂ ਆਪਣੇ ਮਾਂ ਲਈ ਬਹੁਤ ਕੁਛ ੱਲੇ ਕਰਨਾ ਚਾਹੁੰਦੇ ਹਾਂ ਪਰ ਉਹ ਮਾਂ ਹੀ ਸਮਝ ਸਕਦੀ ਆ ਕਿ ਉਹਦੇ ਪੁੱਤ ਦੀ ਕਮੀ ਕੀ ਆ ਮਾਂ ਮੇਰੀ ਮੇਰੀ ਕਹਿੰਦੀ ਤੂੰ ਅੱਜ ਆਹ ਟੀ-ਸ਼ਰਟ ਪਾਈ ਆ ਇਹ ਕਿਉਂ ਪਾਈ ਆ ਤੇ ਜਿੱਦਨ ਮਦਰਸਡੇ ਸੀਗਾ ਮੇਗਾ ਅੰਮਾ ਜੀ ਸਿੱਧੂ ਮੂਸੇਵਾਲਾ ਜੀਂਦਾ ਹੁੰਦਾ ਅੱਜ ਉਹਦੀ ਮਾਂ ਉਹ ਨੂੰ ਉਹ ਆਪਣੀ ਮਾਂ ਲਈ ਕੁਝ ਲੈ ਕੇ ਆਉਂਦਾ ਗਿਫਟ ਲੈ ਕੇ ਆਉਂਦਾ ਜੇ ਐਦਾਂ ਕਰਦਾ ਮੈਂ ਅੱਜ ਤਾਂ ਪਾਈ ਆ ਮੈਂ ਕਿਸੇ ਨੂੰ ਦਿਖਾਣ ਲਈ ਨਹੀਂ ਮੰਮੀ ਵੀ ਅੱਖਾਂ ਰੋ ਉਹ ਜਦੋਂ ਹਨਾ ਜਦੋਂ ਗਾਣਾ ਜਦੋਂ ਮਤਲਬ ਆਪਣੀ ਟੀਵੀ ਤੇ ਆ ਜਾਂਦਾ ਜਾਂ ਜਦੋਂ ਗੱਡੀ 'ਚ ਇਹ ਲਾ ਦੇਈਦਾ ਫੇਰ ਰੋਣ ਲੱਪੰਦੇ ਆ ਉਹ ਕਹਿੰਦੇ ਮੈਨੂੰ ਹੋਰ ਕੋ ਮੈਨੂੰ ਇਹ ਆ ਕਿ ਉਸ ਮਾਂ ਤੇ ਕੀ ਬੀਤਦੀ ਹੋਗੀ ਕਿ ਮੈਨੂੰ ਪਤਾ ਕਹਿੰਦੀ ਉਹ ਮਾਂ ਦਾ ਦੁੱਖ ਮਾਂ ਹੀ ਸਮਝ ਸਕਦੀ ਆ ਤੇ ਜਦੋਂ ਕਹਿੰਦੀ ਕੰਨੀ ਮੈਂ ਦੱਸ ਨਹੀਂ ਸਕਦੀ ਵੇ ਇਹ ਚੁੱਪ ਕਰਾਈਦਾ ਮਾਂ ਚੁੱਪ ਕਰ ਕੋਈ ਗੱਲ ਨਹੀਂ ਹਨਾ ਹੌਸਲਾ ਕਰਨਾ ਪੈਣਾ ਆ ਪਰ ਜੋ ਮੈਂ ਹੁਣ ਤੁਹਾਨੂੰ ਦੱਸਦਾ ਬੰਦੇ ਚਲੋ ਸਾਰੇ ਕਲਾਕਾਰ ਵਧੀਆ ਸਾਰੇ ਵਧੀਆ ਨਾ ਮੈਂ ਰਾਤੀ ਦਲਜੀਤ ਦਸਾਂਝ ਦੀ ਫਿਲਮ ਭਾਜੀ ਹੁਣ ਦੇਖ ਕੇ ਆ ਇਹ ਜੋੜੀ ਚਮਕੀਲੇ ਵਾ ਜਿੱਦਾਂ ਚਮਕੀਲੇ ਵਾਈ ਦੀ ਕਾਲਮ ਉਹੀ ਸਿੱਧੂ ਮੂਸੇ ਵਾਲੇ ਤੁਸੀਂ ਇਹ ਸੋਚ ਕੇ ਰੱਖ ਸਕਦੇ ਆ ਸਟਰਗਲ ਦੋਨਾਂ ਦਾ ਸੇਮ ਆ ਹਨਾ ਜਿਹੜਾ ਚਮਕੀਲੇ ਮਤਲਬ 22 ਹੁਣ ਸਾਡੇ ਦੋ ਕਾਫੀ ਜਦੋਂ ਚਲੋ 22 ਕਹਿ ਦਿੰਦੇ ਆ ਨਾ ਤੇ ਉਹਨਾਂ ਦਾ ਵੀ ਸਟਰਗਲ ਸੇਮ ਤੇ ਸਿੱਧੂ ਮੂਸੇ ਵਾਲੇ ਭਾਈ ਦਾ ਵੀ ਸਟਰਗਲ ਸੇਮ ਹਨਾ ਸੇਮ ਚੀਜ਼ਾਂ ਤੇ ਕਿਹੜੇ ਹਿਸਾਬ ਨਾਲ ਹੋ ਸਕਦੀ ਮੈਂ ਅੱਜ ਵੀ ਇਸ ਜੇ ਇਸ ਬੰਦੇ ਨੇ ਆਪਣਾ ਆਉਣ ਵਾਲਾ ਮੂਰੇ ਫਿਊਚਰ ਹੁੰਦਾ ਨਾ ਉਹ ਆਪਣਾ ਆਪਣੀ ਕਲਮ ਦੇ ਵਿੱਚ ਲਿਖਦਾ ਸੀ ਮੈਂ ਸੋਚਦਾ ਉਸ ਕਲਮ ਚ ਕੀ ਸੀ ਜਾਂ ਉਹਦੇ ਨਾਲ ਵਾਹਿਗੁਰੂ ਬਹਿ ਕੇ ਆਪ ਲਿਖਾਉਂਦਾ ਸੀ ਤੂੰ ਆਹ ਲੈਂ ਇੱਥੇ ਲਿਖ ਹੈਨਾ ਮੈਂ ਸੋਚਦਾ ਕੌਣ ਆਪਣਾ ਆਉਣ ਵਾਲਾ ਕੱਲ ਲਿਖ ਸਕਦਾ ਮੈਨੂੰ ਅੱਜ ਵੀ ਇਸੇ ਮੈਂ ਗੱਲਾਂ ਦੀ ਬਾਜ਼ਮੋਕੇ ਬੈਠਾ ਹੁੰਨਾ ਇਦਾਂ ਸੋਚਦਾ ਨਾ ਮੈਂ ਕਿਹਾ ਯਾਰ ਮਨਾ ਸਭ ਕੁਝ ਦੇਖ ਤੂੰ ਸਾਰੀਆਂ ਗੱਲਾਂ ਛੱਡ ਜਿਹੜੇ ਸੋਚਣਾ ਤੋ ਉਹ ਸੋਚ ਕੇ ਦੇ ਯਾਰ ਕਿਹੜੇ ਸਾਹ ਮਨਾ ਕਿਹੜੀ ਉਹ ਕਲਮ ਹੋਊਗੀ ਜੇ ਇਸ ਕਲਮ ਨਾਲ ਸਿੱਧੂ ਮੂਸੇ ਵਾਲੇ ਭਾਜੀ ਨੇ ਆਪਣਾ ਆਉਣ ਵਾਲਾ ਫਿਊਚਰ ਲਿਖਿਆ ਸੀ ਗੋਲੀ ਵੱਜੀਆਂ ਤਾਂ ਸਮਝੀ ਨਾ ਮੁੱਕ ਜਾਊਗਾ ਮੇਰੀ ਯਾਰਾਂ ਦੀ ਬਾਹਾਂ ਦੇ ਉੱਤੇ ਟੈਟੂ ਛਾਪਨੇ ਉਹੀ ਗੱਲ ਹੈਨਾ ਅੱਜਕੱਲ੍ਹ ਹਰੇਕ ਦੇ ਟੈਟੂ ਬਾਈ ਦਾ ਹਨ ਜਿਹੜੇ ਮੋੜ ਤੇ ਚੱਲ ਜਾਓ ਫੋਟੋ ਗਾਣਾ ਆਇਆ ਮੇਰਾ ਨਾਮ ਮੇਰਾ ਨਾਮ ਹਰ ਗਲੀ ਹਰ ਮੋੜ ਲੱਗੇ ਪਏ ਆ ਬਿੱਲਬੋਰਡ ਹਨ ਹਰੇਕ ਜਗ੍ਹਾ ਕਿੱਥੇ ਟ੍ਰਾਂਟੋ ਕੀ ਉਦੋਂ ਵੀ ਗਾਂਜੇ ਕੁਛ ਹੋਸਾਨ ਮੈਨੂੰ ਤਾਂ ਹੁਣ ਇੰਨੀ ਪਤਾ ਨਹੀਂ ਹੈਗਾ ਜੇ ਕੁਝ ਵੀ ਹੋਊਗਾ ਉਥੇ ਤੱਕ ਵੀ ਵਰਲਡ ਵਾਈਡ ਹੋਏ ਹਨ ਤੇ ਆਪਣੀਆਂ ਜਿਹੜੀਆਂ 뮤ਜ਼ਿਕ ਲਿਸਟਾਂ ਸੀਗੀਆਂ ਉਹਦੇ ਵਿੱਚ ਵੀ ਪੂਰੇ ਟੌਪ ਤੇ ਰਹੇ ਆ ਤੇ ਮੈਂ ਇਹੀ ਗੱਲ ਚਮਕੀਲਾ ਬਾਈ ਕਹਿੰਦਾ ਸੀ ਕਿ ਮੈਂ ਬਾਹਰ ਨਹੀਂ ਕਿਤੇ ਜਾਣਾ। ਇਹੀ ਗੱਲ ਸਿੱਧੂ ਮੂਸੇਵਾਲਾ ਕਹਿੰਦਾ ਸੀ ਕਿ ਮੈਂ ਪਿੰਡ 'ਚ ਹੀ ਰਹਿਣਾ। ਪਿੰਡ 'ਚ ਹੀ ਰਹਿਣਾ। ਤਾਂ ਹੀ ਲੋਕ ਬਾਹਰ ਨੂੰ ਭੱਜਦੇ ਨੇ ਜੇ ਮੈਂ ਕਹਾਂ ਨਾ ਡਰ। ਇਹ ਕਹਿੰਦਾ ਕਹਿੰਦੇ ਕਿ ਜਿੰਨੇ ਵੀ ਤਕਰੀਬਨ ਆਰਟਿਸਟ ਨੇ ਉਹ ਬਾਹਰ ਚੱਲ ਜਾਂਦੇ ਨੇ ਜਿਹੜੇ ਉਹ ਕੁਝ ਚੁਣਿੰਦਾ ਨੇ ਜਿਹੜੇ ਆਪਣੇ ਪਿੰਡ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ 'ਚੋਂ ਇੱਕ ਸਿੱਧੂ ਮੂਸੇਵਾਲਾ ਵੀ ਆ। ਤੇ ਉਹਨਾਂ ਨਾਲ ਵੀ ਮਾੜਾ ਹੋਇਆ ਜਿਵੇਂ ਚਮਕੀਲਾ ਬਾਈ ਆ ਉਹ ਵੀ ਹਨਾ ਵਿਸੇਵੇਂ ਹਨਾ ਉੱਥੇ ਹੀ ਰਹਿ ਹਨਾ ਆਪਣੇ ਪਿੰਡ 'ਚ ਹੀ ਪੈਂਡ ਜੇ ਬਾਈ ਗਾ ਖੇਤ ਬੋਂਦੇ ਬਾਈ ਮੈਂ ਵੀਡੀਓ ਦੇ ਦਾਂ ਸਾਰੀਆਂ ਸਿੱਧੂ ਮਸੇ ਵਾਲੇ ਦੀਆਂ ਬੋਂਦੇ ਆ ਖੇਤ ਆਪ ਬੋਂਦੇ ਨੇ ਤਾਂ ਚਾਰ ਬੰਦੇ ਕੋ ਪੈਸੇ ਆ ਜਾਂਦੇ ਅਗਲਾ ਕੰਦਾ ਨਾ ਯਾਰ ਕਿਸੇ ਤੋਂ ਕੰਮ ਕਰਾ ਲੈਂ ਕੋਈ ਜੀ ਤਾਂ ਸਾਂਝ ਨੇ ਦਿਖਾ ਲਤਾ ਸਭ ਕੁਝ ਬਈ ਸਹੀ ਗੱਲ ਆ ਭਾਜੀ ਹੁਣ ਵੀ ਨਾ ਐਕਟਿੰਗ ਮੈਂ ਕਹਿੰਦਾ ਹਨਾ ਇਦਾਂ ਲੱਗਦਾ ਸੀ ਨਾ ਨਾਲ ਆਪਣੇ ਦੂਜੇ ਜਿਹੜੇ ਉਹਨਾਂ ਦੇ ਲੇਡੀਜ਼ ਨਿਮਰਤ ਖੈਰਾ ਇਦਾਂ ਲੱਗਦਾ ਸੀ ਕਿ ਜੋੜੀ ਇਹਨਾਂ ਦੀ ਧੁਰੋ ਹੀ ਬਣੀਓ ਆ ਜਦੋਂ ਮੈਂ ਜੇ ਜਿੱਦਾਂ ਗਾਣਾ ਉਹਨਾਂ ਦੇ ਅੰਦਰੋਂ ਆਉਂਦਾ ਸੀ ਅਮਰ ਮੈਂ ਹੁਣ ਨਾਂ ਲੈਦਾ ਅਮਰਜੋਤ ਜੀ ਹੈਨਾ ਐਨ ਉਹੀ ਲੱਗਦੇ ਸੀ ਪੂਰਾ ਮੇਕਅਪ ਜੋ ਉਹਨਾਂ ਦੇ ਕੀਤਾ ਆਵਾਜ਼ ਅੰਦਰੋਂ ਉਹਨਾਂ ਦੀ ਜਿਹੜੀ ਆਉਂਦੀ ਸੀ ਐਨ ਉਹੀ ਲੱਗਦੀ ਸੀ ਹੈਨਾ ਪਰ ਇਦਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਲੋਕਾਂ ਨੂੰ ਪਤਾ ਲੱਗਦਾ ਜੇ ਕਹਿੰਦੇ ਨੇ ਬੈਨ ਕਰ ਦਿਓ ਪਰ ਚਾਹੀਦਾ ਨਹੀਂ ਬੈਨ ਚਾਹੀਦਾ ਨਹੀਂ ਮੈਂ ਤਾਂ ਕਹਿੰਦਾ ਜਿੰਨੀਆਂ ਇਦਾਂ ਦੀਆਂ ਫਿਲਮਾਂ ਬਣ ਸਕਦੀਆਂ ਉਹਨੀਆਂ ਬਣਾਓ ਪਤਾ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹ ਤਾਂ ਹਾਂ ਦਾ ਹੀ ਹੋਣਾ ਚਾਹੀਦਾ ਆ ਜਿਹੜੇ ਸਮੇਂ 'ਚ ਜਿਹੜੇ ਮੁੰਡੇ ਆ ਉਹਨਾਂ ਨੂੰ ਕੁਝ ਨਹੀਂ ਪਤਾ ਕੀ ਆ ਕੀ ਨਹੀਂ ਉਹ ਪਿਆਰ ਪਿਓਰ ਵਾਲੀਆਂ ਬਧੇਰੀਆਂ ਆਉਂਦੀਆਂ ਇਹ ਪਿਆਰ ਪਿਓਰ ਨਾਲ ਜੇ ਆਪਾਂ ਆਪਣੇ ਇਤਿਹਾਸ ਤੇ ਕੱਢੀ ਆ ਦਸਾਂਝਾ ਲਾਤਾ ਬਾਈ ਨੇ ਤੇ ਸਾਡੇ ਪਿੰਡ ਦੇ ਕੋਲੇ ਹੀ ਆ ਦਸਾਂਝਾ ਦਸਾਂਝਾ ਕਲਾ ਸਾਡੇ ਕੋਲੇ ਹੀ ਆ ਤੇ ਤੇ ਜਦੋਂ ਇਤਿਹਾਸ ਜਿੱਦਾਂ ਇਦਾਂ ਨਿਕਲੇ ਤਾਂ ਬੰਦੇ ਨੂੰ ਪਤਾ ਲੱਗਦਾ ਆਪਣਾ ਸਾਰਾ ਕਿਦਾਂ ਆ ਕੀ ਨਹੀਂ ਹੈਗਾ ਤੇ ਇਦਾਂ ਆ ਕਿ ਮੈਂ ਕਹਿੰਨਾ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਹਰੇਕ ਨੂੰ ਹਰੇਕ ਕਲਾਕਾਰ ਦੀ ਕੀ ਮਤਲਬ ਸਪੋਰਟ ਕਰੋ ਹਾਂਜੀ ਇਦਾਂ ਆ ਚੜ੍ਹਦੀ ਕਲਾ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਕਿੱਦਾਂ ਸ਼ੁਰੂ ਹੋਈ ਸਾਡੀ ਗੱਲਾਂ ਬਾਤਾਂ ਤੇ ਹੁਣ ਆ ਕੇ ਅਸੀਂ ਐਨੇ ਸੀਰੀਅਸ ਮੋੜ ਤੇ ਹੋ ਗਏ ਬਹੁਤ ਵਧੀਆ ਲੱਗਿਆ ਭਾਜੀ ਤੁਹਾਡੇ ਨਾਲ ਗੱਲ ਕਰਕੇ ਦੋਵਾਂ ਜਣੇ ਨੂੰ ਬਹੁਤ ਬੈਨ ਥੈਂਕ ਯੂ ਧੰਨਵਾਦ ਹੈ ਤੇ ਕਹਿੰਦੇ ਨੇ ਕਿ ਹੱਸਦੇ ਰਹਿੰਦੇ ਹੱਸਦੇ ਰਹਿੰਦੇ ਹੱਸਦੇ ਰਹਿੰਦੇ ਬਹੁਤ ਕੁਝ ਅੰਦਰ ਵੀ ਹੁੰਦਾ ਆ ਜੋ ਕਿ ਹਰ ਇੱਕ ਨੂੰ ਦਿਖਾਈ ਨਹੀਂ ਦ ਦਿਖਾਇਆ ਵੀ ਨਹੀਂ ਜਾ ਸਕਦਾ ਨਾ ਕਿ ਹਾਂ ਇਹ ਫੀਲਿੰਗਸ ਨੇ ਸਾਡੇ ਅੰਦਰ ਜਾਂ ਸਾਡੇ ਨਾਲ ਆ ਹੋਇਆ ਜਾਂ ਆ ਮਾੜਾ ਹੋਇਆ ਅਸੀਂ ਸਿਰਫ ਆਪਣੇ ਹੱਸਦੇ ਚਿਹਰੇ ਦਿਖਾ ਸਕਦੇ ਕਿਉਂਕਿ ਉਹੀ ਚੱਲਣੇ ਆ ਜੇ ਰੋਈ ਜਾਵਾਂਗੇ ਸਾਨੂੰ ਸਾਡੇ ਐਟ ਦਿ ਐਂਡ ਮਾਪੇਓ ਤਾਂ ਚਲੋ ਸਾਥ ਦਿੰਦੇ ਹੀ ਆ ਸਕੇ ਨਾਲ ਦੇ ਵਿੱਚ ਛੜ ਜਾਂਦੇ ਨੇ ਜੇ ਅਸੀਂ ਰੋਈ ਜਾਈਏ ਬਹੁਤ ਵਧੀਆ ਲੱਗ ਗਿਆ ਇਹਨਾਂ ਦਾ ਗੱਲ ਕਰਕੇ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮੈਂ ਤੁਹਾਡਾ ਆਪਣਾ ਮਨੀ ਸ਼ੋਕਰ ਜੋ ਕਿ ਆਪਣੇ ਨਾਲ ਗੋਪੀ ਸ਼ੋਕਰ ਆ ਤੇ ਨਾਲ ਆਪਣੇ ਵਿਸ਼ਾਲੀ ਸ਼ਰਮਾ ਜੀ ਆਪਣੇ ਪੰਜਾਬ ਨਿਊਜ਼ ਵਾਲੇ ਤੇ ਇਹਨਾਂ ਦਾ ਚੈਨਲ ਉਹ ਕਰ ਦਿਓ ਵੱਧ ਤੋਂ ਵੱਧ ਹੋਇਆ ਹੋਇਆ ਬਹੁਤ ਚੜ੍ਹਾਈ ਸੱਜ ਲੈ ਇੱਕ ਛੋਟੀ ਜੀ ਗੱਲ ਬੋਲ ਦੇਈਏ ਹੋਰ ਇੱਕ ਅਸੀਂ ਇੱਕ ਦਿਨ ਪ੍ਰੋਮੋਸ਼ਨ ਕੀਤੀ ਆ ਤੇ ਉਹ ਇੱਕ ਗੱਲ ਜ਼ਰੂਰ ਬੋਲਣੀ ਆ ਉਹਦੇ ਵਿੱਚ ਕਈ ਭਰਾਵਾਂ ਦੇ ਮੈਸੇਜ ਆਏ ਆ ਤੁਸੀਂ ਯਾਰ ਹੁਣ ਪੈਸੇ ਮਗਰ ਹੋ ਗਏ ਤੁਸੀਂ ਇੱਦਾਂ ਕਰਨ ਲੱਪੇ ਤੁਸੀਂ ਜੇ ਕਰਨ ਲੱਪੇ ਮੈਂ ਉਹ ਭਰਾਵਾਂ ਨੂੰ ਆਪਣੇ ਵੱਡੇ ਭਰਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਵੀਰੇ ਸਾਨੂੰ ਵੀ ਸ਼ੌਂਕ ਨਹੀਂ ਪ੍ਰੋਮੋਸ਼ਨ ਕਰਦਾ ਹਨਾ ਸਾਨੂੰ ਪਿਆਰ ਦਿੰਨੇ ਆ ਤੁਸੀਂ ਸਾਡੇ ਮਾਪੇ ਆ ਤੇ ਤੁਹਾਡੇ ਮਾਪੇ ਉਹ ਵੀ ਸਾਡੇ ਮਾਪੇ ਆ ਤੁਸੀਂ ਸਭ ਤੋਂ ਵੱਡੇ ਆ ਪਰ ਸਾਡਾ ਪ੍ਰੋਮੋਸ਼ਨ ਕਰਨ ਦਾ ਮਕਸਦ ਇਹੀ ਆ ਕਿ ਸਾਡੀ ਰੋਟੀ ਤਾਂ ਬਹੁਤ ਵਧੀਆ ਰੱਬ ਨੇ ਲਾਈ ਆ ਅਸੀਂ ਵਧੀਆ ਰੋਟੀ ਖਾਂਦੇ ਆ ਆਪਣੇ ਘਰੇ ਠੀਕ ਆ ਤੇ ਜੇ ਉਹ ਪ੍ਰੋਮੋਸ਼ਨ ਵਾਲੇ ਜਿਹੜੇ ਪੈਸੇ ਆ ਅਸੀਂ ਕਿਸੇ ਦੀ ਹੈਲਪ ਕਰਦੇ ਆ ਮੈਂ ਇਹ ਨਹੀਂ ਕਹਿੰਦਾ ਕਿਸੇ ਨੂੰ ਮੈਂ 10000 ਦੇ ਦੂੰਗਾ 20000 ਦੇ ਦੂੰਗਾ ਜੇ ਕਿਸੇ ਨੂੰ 5000 ਦੀ ਲੋੜ ਹੈ ਹਨਾ ਮੈਨੂੰ 1000 ਰੁਪਏ ਦੇ ਸਕਦਾ ਜਮਾਂਗੇ ਜਰੂਰ ਕਿਉਂਕਿ ਪ੍ਰੋਮੋਸ਼ਨ ਗੜੀਆਂ ਤੇ ਲੱਖਾਂ ਲੱਖਾਂ ਦੀਆਂ ਖਰਾਉਂਦੇ ਆ ਲੋਕ ਪਤਾ ਕਿਦਾਂ ਦੋ ਨਾਲ 5000 ਦੇ ਦੂੰ ਤਿੰਨਾਂ ਨੂੰ ਦਾ 10000 15000 ਇਸ ਤੋਂ ਵੱਧ ਤੁਹਾਨੂੰ ਪਤਾ ਕੋਈ ਦਿੰਦਾ ਆਪਾਂ ਨੂੰ ਤਾਂ ਇਹ ਆ ਕਿ ਚਲੋ ਸਾਰੇ ਘਰੋ ਘਰ ਯੁੱਧੇ ਹੀ ਹੁੰਦੇ ਆ ਮਤਲਬ ਆ ਨਾ ਕੋਈ ਵੀ ਨਹੀਂ ਹੁੰਦਾ ਕਿ ਇਦਾਂ ਮਤਲਬ ਇਦਾਂ ਕਰੇ ਉਹਦਾ ਕਰੇ ਤੇ ਆਪਾਂ ਕਹਿੰਦੇ ਬੰਦਾ ਆਪਣੀ ਜੇਮ ਚੋਂ ਤਾਂ ਨਹੀਂ ਕੱਢ ਸਕਦਾ ਜਿਹੜਾ ਹੁਣ ਇਦਾਂ ਆਉਂਦੇ ਆ ਪੈਸੇ ਦਿੰਦੇ ਆ ਉਹਦੀ ਆਪਾਂ ਹੈਲਪ ਤਾਂ ਕਰ ਉਸ ਪੈਸੇ ਨੂੰ ਆਪਾਂ ਕਿਸੇ ਚੰਗੇ ਰਾਹ ਲਾਵਾਂਗੇ ਕੀ ਪਤਾ ਇਹ ਰੱਬ ਨੇ ਹੀ ਡਿਊਟੀ ਲਾਤੀ ਸਾਡੀ ਬਸ ਇਹ ਇਹ ਇੱਕ ਗੱਲ ਜ਼ਰੂਰੀ ਹੈ ਜੇ ਕਿ ਤੁਹਾਨੂੰ 5000 ਚਾਹੀਦਾ ਸੀ 1000 ਰੁਪਿਆ ਦੇ ਸਕਦੇ ਆ ਇਹ ਨਹੀਂ ਕਿ ਅਸੀਂ 5000 ਦੇਣਾ ਜਿਨ੍ਹਾਂ ਜਿਨ੍ਹਾਂ ਪੈਰ ਹੈਗੇ ਆ ਜਿਨ੍ਹਾਂ ਪੈਰ ਜਾਂਦੇ ਲੱਤਾਂ ਪਾਰ ਚੱਲਦੇ ਉਹਨਾਂ ਅਸੀਂ ਕਰਾਂਗੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਸ ਕਰੋ ਸਮਾਂ ਵੀ ਹੋ ਗਿਆ ਬਾਏ ਯੂ ਟੁਮਾਰੋ ਹਲਾ ਚਲੋ ਅੱਛਾ ਬਸ ਓਕੇ ਬਸ ਹੈਲਪ ਮੀ ਹਾਂਜੀ ਓਕੇ ਬਸ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਉਦੋਂ ਤੱਕ ਬਣੇ ਰਹੋ ਸਾਡੇ ਚੈਨਲ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ